ਅੰਗੂ ਸਾਹਿਬ ਕਈ ਵਾਰ ਗੱਲਾਂ ਗੱਲ ਕਰਦੇ ਆ ਵੀ ਹੁੰਦਾ ਪਰ ਅਸੀਂ ਜਿਹੜੀ ਇਹ ਫੁਕਰਾ ਕਰਦੀ ਕਰਦੇ ਨਾ ਆਪਣੇ ਗਾਣਿਆਂ 'ਚ ਜੀ ਜੀ ਕਿ ਵੀ ਅਸੀਂ ਪਤਾ ਨਹੀਂ ਕਿਹੜਾ ਕਲਚਰ ਹੈ ਸਾਡਾ ਹਾਂ ਹਾਂ ਤੇ ਆ ਜੋ ਕੁਝ ਅਸੀਂ ਦੇਖਦੇ ਆ ਤੇ ਕਈ ਵਾਰ ਸ਼ਰਮ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਹੈ ਨਾ ਕਈ ਵਾਰ ਤਾਂ ਉਹਨਾਂ ਨੂੰ ਜੀ ਕਰਦਾ ਜਿਹੜੇ ਬੰਦੇ ਬੜੇ ਮਤਲਬ ਆਪੇ ਤੋਂ ਬਾਹਰ ਹੋ ਕੇ ਕਲਚਰ ਦੀਆਂ ਗੱਲਾਂ ਕਰਦੇ ਨੇ ਹਾਂਜੀ ਹਾਂਜੀ ਕਲਚਰ ਤਾਂ ਇਹ ਆ ਬਿਲਕੁਲ ਪਰ ਮੈਨੂੰ ਲੱਗਦਾ ਹੁਣ ਇਹਦੇ ਤੇ ਹੌਲੀ-ਹੌਲੀ ਠੱਲ ਪਊਗੀ ਤੇ ਜਿਹੜੀਆਂ ਉਹ ਹਾਈਲਾਈਟਸ ਵਾਲੇ ਜਿਹੜੇ ਸੈਂਟਰ ਹੈਗੇ ਆ ਉਹਨਾਂ ਦੀ ਗਿਣਤੀ ਘਟੂਗੀ ਕਿਉਂਕਿ ਕੋਈ ਵੀ ਮਾਪਾ ਖੈਰ ਜ਼ਿੰਦਗੀ ਤੱਕ ਦਾ ਰਿਸਕ ਪੰਮ ਚਲੋ ਲੈਂਦੇ ਆ ਪ੍ਰਵਾਸ ਦੇ ਲਈ ਪਰ ਫਿਰ ਵੀ ਮਾਪੇ ਇੰਨਾ ਵੱਡਾ ਰਿਸਕ ਨਹੀਂ ਲੈਣਗੇ ਜੀ ਗੱਲਬਾਤ ਕਰਾਂਗੇ ਜਿਸ ਟਾਪਿਕ ਦਾ ਮੈਂ ਜ਼ਿਕਰ ਕੀਤਾ ਸੀ ਅਸੀਂ ਸਟੂਡੈਂਟ ਵੀਜ਼ਾ ਪ੍ਰੋਗਰਾਮ ਜਿਹੜਾ ਕੈਨੇਡਾ ਦਾ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਹੈ ਉਹਦੀ ਗੱਲ ਅਕਸਰ ਕਰਦੇ ਆ ਕਿ ਉਹਦਾ ਇਮਪੈਕਟ ਇੱਥੇ ਕੀ ਪਿਆ ਸਟੂਡੈਂਟ ਕਮਿਊਨਿਟੀ ਤੇ ਜਾਂ ਬਾਕੀ ਕਮਿਊਨਿਟੀ ਤੇ ਜਾਂ ਓਵਰਆਲ ਸਾਰੇ ਸਿਸਟਮ ਤੇ ਪਰ ਇਸ ਦੀ ਇੱਕ ਦੂਸਰੀ ਸਾਈਡ ਹੈ ਜਿਹਦੇ ਬਾਰੇ ਜ਼ਿਆਦਾ ਗੱਲ ਨਹੀਂ ਹੁੰਦੀ ਉਹ ਸਾਈਡ ਹੈਗੀ ਆ ਪੰਜਾਬ ਵਾਲੀ ਪੰਜਾਬ ਚ ਜਿੱਥੋਂ ਕਿ ਸਭ ਤੋਂ ਵੱਧ ਸਟੂਡੈਂਟ ਆ ਰਹੇ ਆ ਜਿਹੜੇ ਨੰਬਰਸ ਨੇ ਜੇ ਆਬਾਦੀ ਦੇ ਹਿਸਾਬ ਨਾਲ ਕੁਝ ਡਾਟਾ ਅਵੇਲੇਬਲ ਜਿਹੜਾ ਹੈ ਉਹਦੇ ਮੁਤਾਬਕ ਪੂਰੇ ਇੰਡੀਆ ਚੋਂ ਇੱਕ ਲੱਖ ਆਬਾਦੀ ਦੇ ਵਿੱਚੋਂ ਜੇ ਦੇਖਿਆ ਜਾਵੇ ਉਸ ਹਿਸਾਬ ਨਾਲ ਤਾਂ ਸਭ ਤੋਂ ਉੱਤੇ ਨੰਬਰ ਹੈ ਬਾਕੀ ਕਿਸੇ ਵੀ ਸੂਬੇ ਨਾਲੋਂ ਕਿਤੇ ਜ਼ਿਆਦਾ ਨੰਬਰ ਜਿਹੜਾ ਪੰਜਾਬ ਚੋਂ ਆ ਰਿਹਾ ਸਟੂਡੈਂਟ ਤੇ ਉਹਦਾ ਉੱਥੇ ਕੀ ਅਸਰ ਪੈ ਰਿਹਾ ਉਥੋਂ ਦੇ এডੂਕੇਸ਼ਨ ਸਿਸਟਮ ਤੇ ਸਕੂਲ ਸਿਸਟਮ ਤੇ ਜਾਂ ਜਿਹੜੀ ਕਾਲਜ এডੂਕੇਸ਼ਨ ਹੈ ਉਸ ਦੇ ਉੱਤੇ ਜਾਂ ਓਵਰ ਆਲ ਜਿਹੜਾ ਜਿਹੜਾ ਸਮਾਜ ਦੇ ਉੱਤੇ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਕੋਲ ਇਤਿਫਾਕਨ ਗੈਸਟ ਸਿਗੇ ਇੰਡੀਆ ਤੋਂ ਆਏ ਹੋਏ ਤੇ ਇਹ ਹੀ ਉੱਥੇ এডੂਕੇਸ਼ਨ ਸੈਕਟਰ ਨਾਲ ਜੁੜੇ ਹੋਏ ਨੇ ਤੇ ਚਮਕੌਰ ਸਾਹਿਬ ਤੋਂ ਸਵਰਨ ਪੰਗੂ ਨੇ ਜਰਨਲਿਸਟ ਵੀ ਨੇ ਇੱਥੇ ਪਰ ਉੱਥੇ ਇਹ ਐਜੂਕੇਸ਼ਨ ਸੈਕਟਰ ਨਾਲ ਵੀ ਬੜੀ ਦੇਰ ਤੋਂ ਜੁੜੇ ਹੋਏ ਨੇ ਤੇ ਜਿਹੜਾ ਰੂਰਲ ਏਰੀਆਜ਼ ਦੇ ਵਿੱਚ ਐਜੂਕੇਸ਼ਨ ਨੂੰ ਕਿਵੇਂ ਇਸ ਨੇ ਇੰਪੈਕਟ ਕੀਤਾ ਉਹਦੇ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਗੂ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਮਿਹਰਬਾਨੀ ਜੀ ਮਿਹਰਬਾਨੀ ਤੇ ਤੁਸੀਂ ਬਹੁਤ ਸਾਲਾਂ ਤੋਂ ਦੇਖ ਰਹੇ ਹੋ ਐਜੂਕੇਸ਼ਨ ਸੈਕਟਰ ਨੂੰ ਇਸ ਕਰਕੇ ਤੁਸੀਂ ਕੰਪੇਅਰ ਵੀ ਕਰ ਸਕਦੇ ਹੋ ਕਿ ਚੇਂਜ ਕੀ ਆਈ ਹੈ ਪਿਛਲੇ ਜੇ ਆਪਾਂ ਕਹਿ ਲਈਏ 7-8 ਸਾਲਾਂ ਚ ਜਾਂ 10 ਸਾਲਾਂ ਚ ਜੀ 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 ਤੇ ਆਪਾਂ ਇੱਕ-ਇੱਕ ਪੱਖ ਤੇ ਗੱਲ ਕਰਦੇ ਹਾਂ ਪਹਿਲਾਂ ਜਿਹੜੀ ਆਪਾਂ ਤੁਸੀਂ ਜਿਆਦਾ ਪ੍ਰਾਈਵੇਟ ਐਜੂਕੇਸ਼ਨ ਚੋਂ ਜੀ ਤੇ ਜਿਹੜਾ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਤੇ ਇੱਕ ਕੁਦਰਤੀ ਜਾਂ ਡਿਫਰੈਂਟ ਅਸਰ ਹੋਏਗਾ ਤੇ ਪ੍ਰਾਈਵੇਟ ਸਕੂਲਾਂ ਤੇ ਅਲੱਗ ਤਰ੍ਹਾਂ ਦਾ ਹੋਏਗਾ ਕਾਲਜੇਜ਼ ਨੇ ਜਾਂ ਜਿਹੜੇ ਪ੍ਰੋਫੈਸ਼ਨਲ ਜਾਂ ਟ੍ਰੇਡ ਕਾਲਜੇਜ਼ ਨੇ ਉਹਨਾਂ ਤੇ ਅਲੱਗ-ਅਲੱਗ ਹੋਏਗਾ ਹੂੰ ਹੂੰ ਸਭ ਤੋਂ ਪਹਿਲਾਂ ਤੇ ਹੈ ਕਿ ਜਿਹੜੇ ਸਕੂਲਾਂ ਚ ਕੋਈ ਤੁਹਾਨੂੰ ਇੰਪੈਕਟ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ ਉਹ ਕਾਲਜ ਕਾਲਜ ਐਜੂਕੇਸ਼ਨ ਨਾਲ ਜੁੜੇ ਹੋਏ ਸੀ ਉਹ ਕਹਿੰਦੇ ਕਾਲਜਾਂ ਚ ਦੇ ਵਿੱਚ ਤਾਂ ਸਾਫ਼ ਦਿਸ ਰਿਹਾ ਜੀ ਪਰ ਸਕੂਲਾਂ ਚ ਹਲੇ ਸ਼ਾਇਦ ਮੋਡਲ अर्ली ਸਾਇੰਸ ਨਜ਼ਰ ਆਉਣੇ ਸ਼ੁਰੂ ਹੋਏ ਨੇ ਜੀ ਸਕੂਲਾਂ ਚ ਕਿਸ ਤਰ੍ਹਾਂ ਦਾ ਅਸਰ ਦਿਸ ਰਿਹਾ ਸਕੂਲਾਂ ਦਾ ਵਿੱਚ ਇਸ ਤਰ੍ਹਾਂ ਦਾ ਅਸਰ ਦਿਸ ਰਿਹਾ ਹੈਗਾ ਕਿਉਂਕਿ ਮੈਂ ਪਿੰਡੂ ਸਿੱਖਿਆ ਦੇ ਨਾਲ ਪਿਛਲੇ 26 ਸਾਲ ਤੋਂ ਜੁੜਿਆ ਹੋਇਆ ਹਾਂ ਹਮਮ ਮੈਂ ਇਹ ਕਹਿ ਸਕਦਾ ਹਾਂ ਕਿ ਅੱਜ ਤੋਂ 10 ਸਾਲ ਤੋਂ ਪਹਿਲਾਂ ਬੱਚਿਆਂ ਦੇ ਉੱਥੇ ਸੁਪਨੇ ਹੁੰਦੇ ਸੀਗੇ ਉਹ ਸੁਪਨਿਆਂ ਦੇ ਵਿੱਚ ਇੱਕ ਬੱਚਾ ਮੈਥ ਦਾ ਸੀ ਕਿ ਮੈਂ ਕੀ ਬੰਨਾ ਹੈਗਾ ਮੈਂ ਜ਼ਿੰਦਗੀ ਦੇ ਵਿੱਚ ਡਾਕਟਰ ਬੰਨਾ ਹੈ ਇੰਜੀਨੀਅਰ ਬੰਨਾ ਹੈ ਅਧਿਆਪਕ ਬੰਨਾ ਹੈਗਾ ਜਾਂ ਕਿਸੇ ਵਿਸ਼ੇ ਦੀ ਵਿਸ਼ੇ ਦੀ ਮਾਸਟਰਸ ਕਰਨੀ ਹੈ ਜਾਂ ਪੀ ਐਚ ਡੀ ਕਰਨੀ ਹੈਗੀ ਹੈ ਤੇ ਇਸ ਤਰ੍ਹਾਂ ਇਹ ਹੋਇਆ ਬੱਚਿਆਂ ਨੇ ਮੇਰੇ ਛੋਟੇ ਜਿਹੇ ਸਿਸਟਮ ਦੇ ਵਿੱਚੋਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਸਮਿਆਂ ਦੇ ਵਿੱਚ ਦੋ ਬੱਚੇ ਪਾਇਲਟ ਬਣੇ ਨੇ ਤੇ ਡਾਕਟਰ ਇੰਜੀਨੀਅਰ ਕਿੰਨੇ ਬਣੇ ਨੇ ਕੋਈ ਗਿਣਨ ਵਾਲੀ ਗੱਲ ਨਹੀਂ ਹੈਗੀ ਤੇ ਇਸੇ ਤਰ੍ਹਾਂ ਲੜਕੀਆਂ ਨੇ ਵੀ ਐਸਸੀ ਨਰਸਿੰਗ ਕੀਤੀ ਪਰ ਉਸ ਤੋਂ ਬਾਅਦ ਮੈਂ ਜੋ ਨੋਟ ਕੀਤਾ ਪਿਛਲੇ 10ਾਂ ਵਰਿਆਂ ਤੋਂ ਬੱਚਿਆਂ ਦੇ ਸੁਪਨੇ ਨਹੀਂ ਰਹੇਗੇ ਬੱਚੇ ਹੁਣ ਉਸ ਤੋਂ ਬਾਅਦ ਸੁਪਨਾ ਉਹਨਾਂ ਦਾ ਇਹੋ ਹੀ ਹੁੰਦਾ ਹੈ ਕਿ ਪਲੱਸ 2 ਕਰਾਂਗੇ ਤੇ ਉਸ ਤੋਂ ਬਾਅਦ ਆਈਲੈਂਡਸ ਦੇ ਸੈਂਟਰਾਂ ਦੇ ਵਿੱਚ ਜਾਵਾਂਗੇ ਤੇ ਫਿਰ ਅਸੀਂ ਬਾਹਰ ਜਾਵਾਂਗੇ ਇੱਕੋ ਇੱਕ ਸੁਪਨਾ ਰਹਿ ਗਿਆ ਇੱਕੋ ਇੱਕ ਸੁਪਨਾ ਰਹਿ ਗਿਆ ਤੇ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਇਹ ਵੱਡੇ ਪੱਧਰ ਤੇ ਜਿਹੜਾ ਰੋਗ ਹੈਗਾ ਮਾਈਗ੍ਰੇਸ਼ਨ ਦਾ ਜਾਂ ਇਹ ਕਿ ਲੋਕ ਕੱਚੀ ਜੀ ਮਾਈਗ੍ਰੇਸ਼ਨ ਦਾ ਇਹ ਪੰਜਾਬ ਦੇ ਵਿੱਚ ਹੀ ਹੈ ਮੈਨੂੰ ਪਿਛਲੇ ਦਿਨੀ ਦੇਰਾਦੂਨ ਜਾਣ ਦਾ ਮੌਕਾ ਮਿਲਿਆ ਸੀ ਤੇ ਮੈਂ ਉੱਥੇ 2-3 ਦਿਨ ਰਿਹਾ ਤੇ ਮੈਨੂੰ ਕਿਤੇ ਕੋਈ ਹਾਈਲਾਈਟਸ ਸੈਂਟਰ ਨਹੀਂ ਦੇਖਿਆ ਕਿ ਉਹ ਬੱਚੇ ਨੂੰ ਹਾਈਲਾਈਟਸ ਕਰਾਉਂਦੇ ਹੋਣ ਜਾਂ ਬਾਹਰ ਦਾ ਬਾਹਰ ਜਾਣ ਦਾ ਜਿਹੜਾ ਰੁਝਾਨ ਆਇਆਗਾ ਮੈਨੂੰ ਉੱਥੇ ਨਜ਼ਰ ਨਹੀਂ ਆਇਆ ਇਹ ਪੰਜਾਬ ਦੇ ਵਿੱਚ ਹੀ ਹੈ ਤੇ ਹਵਾ ਤੇ ਇਸ ਪੰਜਾਬ ਵਿੱਚ ਹੀ ਹੈ ਥੋੜੀ ਥੋੜੀ ਹੁਣ ਹਰਿਆਣਿਆਂ ਵਾਲੇ ਨੂੰ ਵੀ ਲੱਗ ਗਈ ਹੈ ਲਾਗੇ ਹਾਂਜੀ ਸੁਣਨ ਚ ਇਹੋ ਹੀ ਆ ਰਿਹਾ ਹੈਗਾ ਸੋ ਮਤਲਬ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਦੇ ਹੁਣ ਹੋਰ ਸੁਪਨੇ ਖਤਮ ਹੋ ਗਏ ਜੀ ਸਿਰਫ ਇਹੀ ਹੋ ਗਿਆ ਇੱਕ ਇੱਕੋ ਇੱਕ ਗੋਲ ਸੋ ਇਹ ਤੁਸੀਂ ਕਿੰਨੇ ਕ ਪਰਸੈਂਟ ਤੁਸੀਂ ਬੱਚੇ ਦੇਖਦੇ ਹੋ ਜੇ ਮੰਨਿਆ ਹੁਣ ਜਿਵੇਂ ਤੁਸੀਂ ਵੀ ਸਕੂਲ ਸਿਸਟਮ ਨਾਲ ਜੁੜੇ ਹੋ ਜੀ 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 ਇਹ ਹੁਣ ਤੱਕ ਇਹ ਹੈ ਕਿ ਵੀ ਹਰੇਕ ਬੱਚੀ ਦਾ ਹੀ ਇਹ ਗੋਲ ਹੋ ਗਿਆ ਕਿ ਜਾਂ ਤੁਸੀਂ ਦੇਖਦੇ ਹੋ ਵੀ ਉਹਦੇ ਵਿੱਚ ਕੋਈ 10% ਨੇ 20% ਨੇ ਜਾਂ 50% ਨੇ ਹਾਂ ਇਹਦੇ ਵਿੱਚ ਮਤਲਬ ਇਹ ਲੱਗਦਾ ਹੈ ਕਿ ਸ਼ਾਇਦ ਉਹੋ ਹੀ ਬੱਚਾ ਜਿਹੜਾ ਕਿਸੇ ਨਾ ਕਿਸੇ ਕਾਰਨ ਬੇਵੱਸ ਹੈਗਾ ਕਰਦੀਆਂ ਹਾਲਤਾਂ ਕਾਰਨ ਉਹ ਸ਼ਾਇਦ ਸੋਚਦਾ ਹੋਵੇ ਕਿ ਮੈਂ ਅੱਗੇ ਪੜ੍ਹ ਲਾਂ ਪੜ੍ਹਦੇ ਵੀ ਨਹੀਂ ਆ ਇਸ ਤਰ੍ਹਾਂ ਦੇ ਬੱਚੇ ਮੈਨੂੰ ਹੁਣੇ ਇੱਕ ਖਬਰ ਮਿਲੀ ਹੈ ਸਵੇਰੇ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਸੀ ਕਿ ਸਾਡੀ ਇੱਕ ਬੱਚੀ ਜਿਹੜੀ ਅਸੀਂ ਇੱਕ ਲੋ ਇੱਕ ਵਿਸ਼ੇਸ਼ ਸਕੀਮ ਹੈਗੀ ਹੈ ਲੋੜਵੰਦ ਬੱਚਿਆਂ ਲਈ ਉਹਦੇ ਚ ਮੁਫਤ ਪੜੀ ਪਲੱਸ 2 ਤੱਕ ਉਹਨੇ ਮੋਰ ਥੈਨ 85% ਨੰਬਰ ਵੀ ਲਏ ਤੇ ਉਹ ਹੁਣ ਬੀਏਸੀ ਕਰਨ ਦੇ ਵਿੱਚ ਉਹਨੇ ਦਾਖਲਾ ਲਿਆ ਹੈਗਾ ਪਰ ਜਿਹੜੇ ਜ਼ਿਆਦਾਤਰ ਬੱਚੇ ਹੈਗੇ ਆ ਜਿਹੜੇ ਸਮਰੱਥ ਲੋਕਾਂ ਦੇ ਬੱਚੇ ਹੈਗੇ ਆ ਉਹ ਚਾਹੇ ਕਾਸਟ ਕੋਈ ਵੀ ਹੋਵੇ ਪਰ ਜੇ ਉਹ ਸਮਰੱਥ ਨੇ ਤਾਂ ਉਹ ਭਾਵੇਂ ਉਹਨਾਂ ਨੇ ਕਿੰਨੇ ਹੀ ਨੰਬਰ ਰਏ ਹੋਣ ਤੇ ਖਾਸ ਕਰਕੇ ਸਾਡੇ ਵਰਗੇ ਜਿਹੜੇ ਸੰਵੇਦਨ ਲੋਕ ਨੇ ਜਿਹੜੇ ਦੇਖਦੇ ਨੇ ਕਿ ਇੱਕ ਬੱਚੇ ਦੀ ਪ੍ਰਤਿਭਾ ਉੱਭਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਆਪ ਦੇ ਵਿੱਚ ਵੀ ਪੂਰਾ ਹੋਵੇ ਤੇ ਨਾਲ ਦੀ ਨਾਲ ਉਹ ਸਮਾਜ ਨੂੰ ਵੀ ਉਹਦੀ ਪ੍ਰਤਿਭਾ ਕੁਈ ਲਾਭ ਦਿੰਦੀ ਰਹੇ ਹਮੇਸ਼ਾ ਦੇ ਲਈ ਤੇ ਇੱਕ ਬੱਚਾ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਤਾਂ ਮੈਂ ਜਦੋਂ ਦੇਖਦਾ ਸੀ ਪੂਰੀ ਜਨਰੇਸ਼ਨ ਇੱਕ ਕੈਨੇਡਾ ਦੀ ਝੋਲੀ ਪਾ ਦਿੰਦੀ ਹੈ ਹਾਂ ਤੇ ਉਹ ਜਿਹੜੀ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਉਹਦੇ ਵਿੱਚ ਸ਼ਮਿਲ ਜੀ ਮੈਂ ਇਹ ਨੋਟ ਕਰਦਾ ਤੇ ਉਹ ਨੋਟ ਕਰਕੇ ਮੈਂ ਟੁੱਟਦਾ ਵੀ ਹੈਗਾ ਕਿਉਂਕਿ ਜਿਹੜੇ ਬੱਚੇ 80% ਦੀ ਤੋਂ ਵੱਧ ਨੰਬਰ ਲੈਂਦੇ ਨੇ ਉਹਨਾਂ ਦੇ ਵਿੱਚ ਇਹ ਸੰਭਾਵਨਾ ਹੁੰਦੀ ਹੈ ਕਿ ਜਿਹੜੇ ਬੱਚੇ ਉੱਥੇ ਕਿਸੇ ਵੀ ਸੈਕਟਰ ਚ ਅੱਗੇ ਜਾ ਸਕਦੇ ਨੇ ਚਾਹੇ ਆਈਟੀ ਹੋਵੇ ਚਾਹੇ ਕੋਈ ਹੈਲਥ ਸੈਕਟਰ ਹੋਵੇ ਚਾਹੇ ਕੋਈ ਸਾਇੰਸ ਦਾ ਹੋਰ ਖੇਤਰ ਹੋਵੇ ਚਾਹੇ ਕੋਈ ਜਿਹੜਾ ਮੈਨੇਜਮੈਂਟ ਦੇ ਸੈਕਟਰ ਹੋਣ ਜਾਂ ਕੋਈ ਬਿਜ਼ਨਸ ਚ ਹੋਵੇ ਉਹ ਸਾਰਾ ਕੁਝ ਛੱਡ ਕੇ ਇੱਕੋ ਹੀ ਇੱਕ ਗੋਲ ਰਹਿ ਗਿਆ ਕਿ ਕੈਨੇਡਾ ਜਾਣਾ ਹਾਂ ਕਿ ਕੈਨੇਡਾ ਜਾਣਾ ਮੈਂ ਜਾਤੀ ਤੌਰ ਤੇ ਇਹ ਚ ਇਹਦੇ ਚ ਕੋਈ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਚ ਦਾ ਵੀ ਕੋਈ ਫਰਕ ਦੇਖਦੇ ਹੋ ਤੁਸੀਂ ਉਦជា ਫਰਕ ਇਹ ਹੋਈ ਦੇਖਦੇ ਹੈਗੇ ਆ ਜੀ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਆਮ ਤੌਰ ਤੇ ਉਹ ਬੱਚੇ ਪੜ੍ਹਦੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇਗੇ ਸੋ ਉਹਦੇ ਵਿੱਚ ਵੀ ਇਹ ਹੈਗਾ ਕਿ ਜਦੋਂ ਬੱਚਾ ਇੱਕ ਪਲੱਸ 2 ਕਰ ਜਾਂਦਾ ਹੈਗਾ ਤਾਂ ਉਹਦੀ ਐਲੀਜੀਬਿਲਟੀ ਬਣ ਸਕਦੀ ਜਾਂਦੀ ਹੈ ਕਿ ਉਹ ਆਇਲਟ ਸੈਂਟਰ ਦੇ ਵਿੱਚ ਜਾਵੇ ਤੇ ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇੱਕ ਸੌਦੇਬਾਜ਼ੀਆਂ ਦਾ ਰੁਝਾਨ ਵੀ ਚੱਲਦਾ ਹੈਗਾ ਅੱਛਾ ਜਿਹੜੇ ਫਿਰ ਇੱਕ ਸੈਕਸ਼ਨ ਇਹੋ ਜਿਹਾ ਜਿਹੜਾ ਤਾਂ ਆਪ ਜਾ ਸਕਦਾ ਹੈ ਜਿਹੜਾ ਨਹੀਂ ਜਾ ਸਕਦਾ ਉਹ ਫਿਰ ਆ ਦੂਸਰਾ ਸਿਲਸਿਲਾ ਜਿਹੜਾ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਉਹ ਉਹ ਇਹ ਹੈ ਕਿਸੇ ਦੇ ਕਿਸੇ ਇਹੋ ਜਿਹੇ ਨਾਲ ਵਿਆਹ ਕਰਵਾ ਦੋ ਜਿਹੜਾ ਪੈਸੇ ਖਰਚ ਸਕਦਾ ਪਰ ਜਾ ਨਹੀਂ ਸਕਦਾ ਬਹੁਤ ਦੁੱਖ ਲੱਗਦਾ ਜੀ ਜਦ ਪਲੱਸ 2 ਤੋਂ ਬਾਅਦ ਬੱਚੇ ਦੇ ਚੂੜਾ ਪੈ ਜਾਂਦਾ ਹੈਗਾ ਤੇ ਉਹਨੂੰ ਭੇਜ ਦਿੱਤਾ ਜਾਂਦਾ ਹੈ ਮੁੰਡੇ ਵਾਲੀ ਧਿਰ ਜਿਹੜੀ ਹੈਗੀ ਆ ਉਹ ਖਰਚ ਕਰਦੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੇ ਅਗਲੇ ਰੱਟੇ ਖੜੇ ਹੋਏ ਆ ਉਹ ਮੇਰੇ ਖਿਆਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਪੰਗੂ ਸਾਹਿਬ ਕਈ ਵਾਰ ਗੱਲਾਂ ਗੱਲ ਕਰਦੇ ਆ ਵੀ ਹੁੰਦਾ ਪਰ ਅਸੀਂ ਜਿਹੜੀ ਫੁਕਰਾਗਰਦੀ ਕਰਦੇ ਨਾ ਆਪਣੇ ਗਾਣਿਆਂ 'ਚ ਜੀ ਜੀ ਕਿ ਵੀ ਅਸੀਂ ਪਤਾ ਨਹੀਂ ਕਿਹੜਾ ਕਲਚਰ ਹੈ ਸਾਡਾ ਹਾਂ ਹਾਂ ਤੇ ਆ ਜੋ ਕੁਝ ਅਸੀਂ ਦੇਖਦੇ ਆ ਤੇ ਕਈ ਵਾਰ ਸ਼ਰਮ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਹੈਨਾ ਕਈ ਵਾਰ ਤਾਂ ਉਹਨਾਂ ਨੂੰ ਜੀ ਕਰਦਾ ਜਿਹੜੇ ਬੰਦੇ ਬڑے ਮਤਲ ਅਬੇ ਤੋਂ ਬਾਹਰ ਹੋ ਕੇ ਕਲਚਰ ਦੀਆਂ ਗੱਲਾਂ ਕਰਦੇ ਨੇ ਹਾਂਜੀ ਹਾਂਜੀ ਕਲਚਰ ਤਾਂ ਇਹ ਆ ਬਿਲਕੁਲ ਜੀ ਸੋ ਇਹ ਬੜੀ ਇੱਕ ਤਬਾਹੀ ਵਾਲਾ ਰੁਝਾਨ ਹੈਗਾ ਤੇ ਕੁੱਲ ਮਿਲਾ ਕੇ ਇਹ ਕਹਿੰਦੇ ਵੀ ਬੱਚਿਆਂ ਨੂੰ ਬੱਚਿਆਂ ਪ੍ਰਤੀ ਮੈਨੂੰ ਲੱਗਦਾ ਇਹ ਅਪਰਾਧ ਹੈਗਾ ਕਿਉਂਕਿ ਉਹਨਾਂ ਬੱਚਿਆਂ 'ਚ ਹਰ ਸੰਭਾਵਨਾ ਹੁੰਦੀ ਹੈ ਅੱਗੇ ਵਧਣ ਦੀ ਤੇ ਮਤਲਬ ਅਸੀਂ ਉਹ ਲੋਕਾਂ ਸੰਵੇਦਨ ਲੋਕਾਂ ਜਿਹੜੇ ਇੱਕ ਬੱਚੇ 'ਚੋਂ ਆਉਣ ਵਾਲੇ ਸਮੇਂ ਦਾ ਕੁਝ ਨਾ ਕੁਝ ਦੇਖਦੇ ਹੈਗੇ ਆਂ ਦੇ ਮੇਰੇ ਆਪਣੇ ਬੱਚੇ ਵੀ ਇਸੇ ਬਾਰੇ ਗੱਲ ਕਰੀਏ ਤਾਂ ਆਪਾਂ ਜਦੋਂ ਨਤੀਜੇ ਆਏ ਨੇ ਜਿਹੜਾ ਬੱਚਿਆਂ ਨੇ 80% ਦੀ ਤੋਂ 97% ਦੀ ਤੱਕ ਨੰਬਰ ਲਏ ਸੀ ਉਹ ਅਗਲੇ ਦਿਨ ਲੈਟਸ ਸੈਂਟਰਾਂ ਦੇ ਵਿੱਚ ਸੀਗੇ ਪੰਗੂ ਸਾਹਿਬ ਤੁਸੀਂ ਜਿਵੇਂ ਦੱਸ ਰਹੇ ਸੀਗੇ ਸੁਪਨਿਕਤਾ ਇੱਕ ਇੰਪੈਕਟ ਤੁਸੀਂ ਦੇਖਿਆ ਕਿ ਬੱਚਿਆਂ ਦੇ ਸੁਪਨੇ ਬਦਲ ਗਏ ਜੀ ਜੀ ਇਹ ਬਹੁਤ ਵੱਡੀ ਗੱਲ ਹੈ ਆਪਣੇ ਆਪ ਜੀ ਬਹੁਤ ਵੱਡੀ ਸਟੇਟਮੈਂਟ ਹੈ ਜੀ ਤੇ ਉੰਜ ਜਿਹੜਾ એનਰੋਲਮੈਂਟ ਦੇ ਉੱਤੇ ਅਸਰ ਕਿਉਂਕਿ ਹੁਣ ਜਦੋਂ ਸਾਰੇ ਇਧਰ ਨੂੰ ਤੁਰੇ ਨੇ ਉਹਦਾ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਹੈ हां अजय ਤਾਂ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਪਰ ਇਹ ਦਿਸਦਾ ਹੀ ਹੈ ਕਿ ਜਿਹੜੇ ਬੱਚੇ ਸਾਡੇ ਮਤਲਬ ਇਸ ਤੋਂ ਬਾਹਰ ਚਲੇ ਗਏ ਨੇ ਤਾਂ ਉਹ ਘਰ ਪਰਿਵਾਰ ਵੀ ਉੱਥੇ ਬਣਾਉਣਗੇ ਉੱਥੇ ਹੀ ਬੱਚੇ ਉਹਨਾਂ ਕੋਲ ਆਉਣੇ ਨੇ ਤੇ ਉਹ ਫਿਰ ਪੰਜਾਬ ਦੇ ਸਕੂਲ ਤਾਂ ਇਸ ਪੱਖੋਂ ਜਿਹੜੇ ਹੈਗੇ ਆ ਉਹ ਸਖਣੇ ਰਹਿ ਜਾਣਗੇ ਜਾਂ ਉਹਨਾਂ ਦੇ ਉੱਤੇ ਬੜਾ ਅਸਰ ਪਾ ਕਾਲਜਸ ਵਗੈਰਾ ਚ ਤਾਂ ਅਸਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਆਲਰੇਡੀ ਹਾਂਜੀ ਹਾਂਜੀ ਪਿਛਲੇ ਦਿਨੀ ਮੈਨੂੰ ਇੱਕ ਸਾਡੇ ਇਲਾਕੇ ਚ ਵੱਡੀ ਯੂਨੀਵਰਸਿਟੀ ਹੈ ਜੰਡੀਗੜ ਯੂਨੀਵਰਸਿਟੀ ਕਲੂਨ ਐਂਡੇ ਕੋਰ ਉੱਥੇ ਜਾਣ ਦਾ ਮੌਕਾ ਮਿਲਿਆ ਹਾਲਾਂਕਿ ਉੱਥੇ ਹਜ਼ਾਰਾਂ ਬੱਚੇ ਪੜ੍ਹਦੇ ਨੇ ਤੇ ਉਹ ਸਾਰੇ ਦੇ ਸਾਰੇ ਅਦਰ ਸਟੇਟਸ ਦੇ ਨੇ ਦੂਜੇ ਰਾਜਾਂ ਦੇ ਨੇ ਤੇ ਸਾਡੇ ਪੰਜਾਬ ਦੇ ਜਦੋਂ ਮੈਂ ਪਤਾ ਕੀਤਾ ਕਿ ਪੰਜਾਬ ਦੇ ਇੱਥੇ ਕਿੰਨੇ ਕੁ ਬੱਚੇ ਪੜ੍ਹਦੇ ਆ ਤਾਂ ਉਹਨਾਂ ਦੀ ਗਿਣਤੀ 4-500 ਤੋਂ ਵੱਧ ਨਹੀਂ ਸੀਗੀ ਕਿਉਂਕਿ ਪੰਜਾਬ ਵਾਲੇ ਕੈਨੇਡਾ ਗਏ ਹਾਂਜੀ ਹਾਂਜੀ ਇਹ ਸੀ ਇਹ ਅਸਰ ਪੈ ਰਿਹਾ ਹੈਗਾ ਜੀ ਸਾਡੀ ਪੰਜਾਬ ਤੇ ਤੇ ਜਿਹੜੇ ਟ੍ਰੇਡ ਕਾਲਜੇਜ਼ ਨੇ ਜਾਂ ਹੋਰ ਨੇ ਉਹ ਜਿਵੇਂ ਆਈਟੀਆਈ ਹੁੰਦੇ ਸੀ हां नहीं बहुत ਘਟ ਬਹੁਤ ਘਟ ਮਤਲਬ ਹੁਣ ਤੁਸੀਂ ਕੋਈ ਸਮਾਂ ਹੁੰਦਾ ਸੀ ਕਿ ਬਹੁਤ ਜੀਨੀਅਸ ਬੱਚਾ ਹੈਗਾ ਜਿਹੜਾ ਥਾਪਰ ਕਾਲਜ ਪਟਿਆਲੇ ਦੇ ਵਿੱਚ ਜਾਂਦਾ ਸੀਗਾ ਤੇ ਅੱਜ ਉਹ ਗੱਲ ਨਹੀਂ ਹੈਗੀ ਮਤਲਬ ਅੱਜ ਥਾਪਰ ਕਾਲਜ ਕਿਉਂਕਿ ਅਗਲੇ ਨੇ ਕਾਲਜ ਵੀ ਚਲਾਉਣੇ ਨੇ ਪਰ ਮਢਿਓਕਰ ਬੱਚੇ ਵੀ ਹੁਣ ਥਾਪਰ ਕਾਲਜ ਦੇ ਵਿੱਚ ਸੌਖਾ ਹੀ ਜਿਹੜਾ ਦਾਖਲਾ ਕਿਉਂਕਿ ਉਹ ਲੋਕਲ ਸਟੂਡੈਂਟ ਹੁਣ ਮਿਲ ਨਹੀਂ ਰਹੇ ਹਾਂਜੀ ਮਿਲ ਨਹੀਂ ਰਹੇ ਤੇ ਸਾਰਾ ਜਿਹੜਾ ਬਹੁਤ ਅੱਛਾ ਬ੍ਰੇਨ ਸੀਗਾ ਉਹ ਬਾਹਰ ਨੂੰ ਮਤਲਬ ਉਹਨੇ ਚਲੇ ਪਾਏ ਹੋਏ ਨੇ ਸੋ ਕਾਲਜਾਂ ਦੇ ਉੱਤੇ ਅਸਰ ਹੈਗਾ ਤੇ ਸਕੂਲਾਂ ਦੇ ਉੱਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਵੇਲੇ ਫੈਕਲਟੀ ਹੈਗੀ ਹੈ ਜਿਹੜੀ ਉਹ ਬਹੁਤ ਹੀ ਮੁਸ਼ਕਲ ਦੇ ਨਾਲ ਮਿਲਦੀ ਹੈ ਤੁਹਾਨੂੰ ਟੀਚਰ ਨਹੀਂ ਮਿਲਦੇ ਨਹੀਂ ਮਿਲਦੇ ਹੈਗੇ ਜਾਂ ਬਹੁਤ ਔਖਾ ਮਿਲਦਾ ਹੈਗਾ ਟੀਚਰ ਅੱਛਾ ਯਾ ਇੱਕ ਹੋਰ ਅਸੀਂ ਥੋੜਾ ਜਿਹਾ ਉੱਥੇ ਨੋਟ ਕੀਤਾ ਹੈਗਾ ਭਾਵੇਂ ਵਿਸ਼ੇ ਨਾਲੋਂ ਟੁੱਟਮੀ ਗੱਲ ਹੈਗੀ ਹੈ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਉੱਥੇ ਜਿਹੜਾ ਟੀਚਰ ਹੈਗਾ ਮਤਲਬ ਬਹੁਤੇ ਟੀਚਰ ਵੀ ਉਹ ਮਾਸਟਰ ਡਿਗਰੀਆਂ ਉਹਨਾਂ ਨੂੰ ਕਿਵੇਂ ਦੇ ਦਿੱਤੀਆਂ ਨੇ ਬੀਐਡ ਕਿਵੇਂ ਕਰਵਾ ਦਿੱਤੀ ਹੈ ਜਦੋਂ ਸਾਡੇ ਕੋਲ ਉਹ ਇੰਟਰਵਿਊ ਲਈ ਆਉਂਦਾ ਹੈਗਾ ਤਾਂ ਉਹ ਇਹ ਕਹਿ ਦਿੰਦਾ ਕਿ ਮੈਂ ਵੱਡੀਆਂ ਕਲਾਸਾਂ ਦੇ ਵਿੱਚ ਨਹੀਂ ਜਾਣਾ ਮੈਨੂੰ ਤਾਂ ਤੁਸੀਂ ਛੋਟੀਆਂ ਕਲਾਸਾਂ ਦਿਓ ਵੱਡੀਆਂ ਕਲਾਸਾਂ ਮਤਲਬ ਜਿਹੜਾ ਉੱਥੇ ਰਹਿ ਰਿਹਾ ਉਹ ਰਹਿ ਰਿਹਾ ਜਿਹੜਾ ਵੈਸੇ ਹੀ ਮਤਲਬ ਜਿਹੜਾ ਕੁਛ ਕਰ ਹੀ ਨਹੀਂ ਸਕਦਾ ਹਾਂ 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 ਕੁਝ ਜਿਹਦੇ ਕੋਲ ਉਹ ਰੂਪ ਦੇ ਵਿੱਚ ਜਿਹੜੀ ਸਕਿੱਲ ਹੈਗੀ ਹੈ ਪ੍ਰਤਿਭਾ ਨਹੀਂ ਹੁੰਦੀ ਹੈਗੀ ਹੈ ਹਨਾ ਸੋ ਇਹ ਸਾਡੀ ਵੱਡੀ ਦਿੱਕਤ ਹੈ ਫੈਕਲਟੀ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੈ ਜਾਣੀ ਹੈਗੀ ਤੇ ਇਹਦਾ ਫਿਰ ਜੌਬਸ ਤੇ ਵੀ ਅਸਰ ਪੈ ਰਿਹਾ ਹੋਊਗਾ ਬਾਕੀ ਜੌਬ ਦੇ ਉੱਤੇ ਹਾਂ ਕੁਦਰਤੀ ਇਹਦਾ ਇਹਦਾ ਮਤਲਬ ਕੁਦਰਤੀਆ ਜੁੜਿਆ ਹੋਇਆ ਜੇ ਕਾਲਜ ਬੰਦ ਹੋ ਰਹੇ ਨੇ ਹਾਂ ਹਾਂ ਤੇ ਫਿਰ ਜੌਬਸ ਕਰਨ ਵਾਲੇ ਵੀ ਕਿੱਥੇ ਹੋਣਗੇ ਹਾਂ ਮੁਸ਼ਕਲ ਹੈ ਜੀ ਇਹ ਸਾਰੇ ਓਵਰਆਲ ਇਹਦੇ ਤੇ ਫਰਕ ਪੈਣਾ ਹੈਗਾ ਜੀ ਇਹ ਹੈ ਤੇ ਫਿਰ ਤਾਂ ਸਾਰੇ ਦਾ ਸਾਰਾ ਇੱਕ ਕਿਸਮ ਦਾ ਚੇਂਜ ਹੀ ਹੋ ਜਾਏਗਾ ਹਾਂ ਸਥਿਤੀ ਤਾਂ ਜਿਹੜੀ ਬਹੁਤ ਜਿਹੜੀ ਹੈਗੀ ਆ ਕੁਝ ਹੋਰ ਹੀ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਜਿਹਨੀਆਂ ਜਿਹੜੀ ਬ੍ਰੇਨ ਡレイン ਦੀ ਆਪਾਂ ਗੱਲ ਕਰਦੇ ਆ ਜਿਹਨੀਆਂ ਪੰਜਾਬ ਦੇ ਵਿੱਚ ਜਿਹੜੀ ਪ੍ਰਤਿਭਾ ਹੈਗੀ ਆ ਉਹ ਉਹ ਵੱਡੇ ਪੱਦਰ ਤੇ ਜਿਹੜੀ ਤੇ ਪ੍ਰਤਿਭਾ ਬਾਹਰ ਜਾ ਕੇ ਕਿਹੜੇ ਬਹੁਤ ਤਾਰੇ ਤੋੜਦੀ ਆ ਉੱਥੇ ਜਾ ਕੇ ਵੀ ਤੇ ਤੰਗ ਹੀ ਹੋ ਰਹੇ ਨੇ ਮਨ ਲ ਐਜੂਕੇਸ਼ਨ ਖਤਮ ਹੋ ਰਹੀ ਆ ਹਾਇਰ ਐਜੂਕੇਸ਼ਨ ਖਤਮ ਹੋ ਰਹੀ ਆ ਕਿਉਂਕਿ ਫਿਰ ਉੱਥੇ ਸਰਵਾਈਵਲ ਦੀ ਦੌੜ ਸ਼ੁਰੂ ਹੋ ਜਾਂਦੀ ਆ ਹਾਂ ਉਹਦੇ ਚ ਆ ਕੇ ਫਿਰ ਜਿੰਨੀ ਸਟਰਗਲ ਇੱਥੇ ਸਟੂਡੈਂਟਸ ਨੂੰ ਕਰਨੀ ਪੈਂਦੀ ਆ। ਇਹਦੇ ਚ ਬੇਤਰ ਤ ਤੁਸੀਂ ਜਾਣਦੇ ਹੋ ਪਰ ਮੈਂ ਇਹ ਨੋਟ ਕਰ ਰਿਹਾ ਹੈਗਾ ਕਿ ਜਿਵੇਂ ਇੱਥੇ ਬ੍ਰਮਟਨ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਸਟੂਡੈਂਟਸ ਵੀਜ਼ੇ ਤੇ ਆ ਰਹੇ ਹੈਗੇ ਆ ਤੇ ਇੱਥੇ ਹੁਣ ਦਿੱਕਤ ਆ ਰਹੀ ਹੈ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ। ਇੱਕ ਪਰਿਵਾਰ ਦੇ ਵਿੱਚ ਮੈਂ ਗਿਆ ਤੇ ਉੱਥੇ ਜਦੋਂ ਪਤਾ ਕੀਤਾ ਤਾਂ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਆਹ ਜਿਹੜਾ ਬੱਚਾ ਹੈਗਾ 3 ਮਹੀਨੇ ਪਹਿਲਾਂ ਸਾਡੇ ਕੋਲ ਆਇਆ ਸੀ ਪਰ ਇਹ ਬੇਲਾ ਬੈਠਾ ਇਹਨੂੰ ਹੁਣ ਤੱਕ ਕੋਈ ਕੰਮ ਨਹੀਂ ਮਿਲਿਆ। ਇਸੇ ਤੋਂ ਬਹੁਤ ਸਾਰੀਆਂ ਕਥਾ ਕਹਾਣੀਆਂ ਇੱਥੇ ਹੈਗੀਆਂ ਨੇ ਤੇ ਉਹ ਬੱਚਿਆਂ ਨੂੰ ਬੜੀ ਮੁਸ਼ਕਲ ਆ ਰਹੀ ਹੈਗੀ ਆ ਬਾਹਰ ਤੇ ਇਹ ਤਾਂ ਫਿਰ ਉਹਨਾਂ ਦੇ ਅਸਲ ਦੇ ਚ ਉਹਨਾਂ ਦੇ ਸੁਪਨੇ ਵੀ ਜੇ ਦੇਖਿਆ ਜਾਵੇ ਕਿਉਂਕਿ ਉਹਨਾਂ ਨੇ ਜਿਵੇਂ ਤੁਸੀਂ ਦੱਸ ਰਿਆ ਸੀ ਹੁਣ ਸੁਪਨਾ ਉਹਨਾਂ ਦਾ ਇਹ ਰਹਿ ਗਿਆ ਤੇ ਜਿਹੜਾ ਉਹਨਾਂ ਦਾ ਜਿਹਦੇ ਖਾਤਰ ਉਹਨਾਂ ਨੇ ਸਾਰਾ ਕੁਝ ਛੱਡਿਆ ਤੇ ਉਹ ਸੁਪਨਾ ਜਦੋਂ ਦੇਖਦੇ ਨੇ ਉਹ ਇਹੋ ਜਿਹੇ ਸੁਪਨਾ ਤੇ ਕਿਸਮ ਦੇ ਸੁਪਨੇ ਟੁੱਟ ਰਹੇ ਨੇ ਹਾਂ ਸੁਪਨੇ ਟੁੱਟ ਰਹੇ ਨੇ ਸੁਪਨੇ ਟੁੱਟ ਰਹੇ ਨੇ ਸੁਪਨੇ ਵਿਖਰ ਰਹੇ ਨੇ ਬੁਰੀ ਤਰ੍ਹਾਂ ਤੇ ਆਪਾਂ ਇਹ ਵੀ ਸੁਣਦੇ ਆਂ ਦਿਨ ਪਰ ਦਿਨ ਕੁਛ ਨਾ ਕੁਛ ਇੱਥੇ ਇਹੋ ਜਿਹਾ ਹੋ ਜਾਂਦਾ ਹੈਗਾ ਜਿੱਥੇ ਸਾਡੇ ਜਣੀ ਬਹੁਤ ਇੱਕ ਤਰਾਸ ਦੇਕ ਸਥਿਤੀ ਹੈ ਕਿ ਸਾਡੇ ਬੱਚਿਆਂ ਦੀਆਂ ਮੌਤਾਂ ਤੱਕ ਹੋ ਰਹੀਆਂ ਨੇ ਤੇ ਪਿੱਛੇ ਇੱਕ ਬੜੀ ਇੱਕ ਪਿਆਨਕ ਘਟਨਾ ਵਾਪਰੀ ਕਿ ਇਥੋਂ ਬੱਚੇ ਦੀ ਜਦੋਂ লাশ ਗਈ ਹੈ ਉੱਥੇ ਉਹਦੀ ਮਾਂ ਨੇ ਵੀ ਸੁਇਸਾਈਡ ਕਰ ਲਿਆ ਪੰਗੂ ਸਾਹਿਬ ਹੁਣ ਤੱਕ ਆਪਾਂ ਗੱਲ ਕਰ ਰਹੇ ਸੀ ਐਜੂਕੇਸ਼ਨ ਸਿਸਟਮ ਤੇ ਇੰਪੈਕਟ ਦੀ ਇੱਕ ਫਿਰ ਇੰਪੈਕਟ ਆ ਤੁਸੀਂ ਥੋੜਾ ਜਿਹਾ ਇਸ਼ਾਰਾ ਵੀ ਕੀਤਾ ਜੀ ਉਹ ਹੈਗਾ ਕਿ ਸਮਾਜਿਕ ਤਾਣੇ ਬਾਣੇ ਤੇ ਰਿਸ਼ਤਿਆਂ ਤੇ ਕਿਉਂਕਿ ਇਸ ਕੰਮ ਲਈ ਰਿਸ਼ਤੇ ਵੀ ਯੂਜ਼ ਕੀਤੇ ਜਾ ਰਹੇ ਨੇ ਜਾਂ ਰਿਸ਼ਤੇ ਬਣਾਏ ਜਾ ਰਹੇ ਨੇ ਜੀ 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 ਉਹ ਦਿੱਤੇ ਜੀ ਹੁਣ ਜਿਹੜਾ ਇਹਦੇ ਚ ਮੈਂ ਮਹਿਸੂਸ ਕੀਤਾ ਕਿ ਸਾਡੀਆਂ ਲੜਕੀਆਂ ਦੇ ਉੱਤੇ ਇੱਕ ਡਿਸਪਲਿਨ ਪਹਿਲਾਂ ਤੇ ਹੀ ਲੱਗਦਾ ਉਹ ਡਿਸਪਲਿਨ ਹੈਗਾ ਜਿਹੜਾ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਬੜਾ ਸਹਾਈ ਹੁੰਦਾ ਹੈ ਉਹ ਪੜ੍ਹ ਜਾਂਦੀਆਂ ਨੇ ਤੇ ਦੂਸਰੇ ਪਾਸੇ ਜਿਹੜੀ ਇੱਕ ਲੜਕਿਆਂ ਵਾਲੀ ਧਿਰ ਹੈ ਉੱਤੇ ਡਿਸਪਲਿਨ ਨਹੀਂ ਹੁੰਦਾ ਉਹ ਪੜ੍ਹਾਈ ਪਛੜ ਜਾਂਦੇ ਨੇ ਵਿਗਾੜੇ ਹੋਏ ਜਾਇਦਾਦ ਨਾਲ ਜੁੜੇ ਹੋਏ ਨੇ ਜਾਂ ਇਹ ਕਹਿ ਲਓ ਜਦੋਂ ਮੁੰਡਾ ਜੰਮਦਾ ਹੈ ਭੰਗੜੇ ਪਾਉਣੇ ਅਸੀਂ ਬਹੁਤ ਕੁਝ ਕਰਦੇ ਆਂ ਤੇ ਮੁੰਡਾ ਇਹ ਸਮਝ ਜਾਂਦਾ ਵੱਡਾ ਹੋ ਕੇ ਵੀ ਸਾਰਾ ਕੁਝ ਜਿਹੜੀ ਜ਼ਮੀਨ ਜਾਇਦਾਦ ਤੇ ਹੈਗੀ ਅਜਾ ਤੇ ਉਹਦੇ ਚ ਕੀ ਹੈ ਵੀ ਜਦੋਂ ਉਹ ਪੜਦਾ ਨਹੀਂ ਪੜ੍ਹਾਈ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਤੇ ਪਹਿਲੀ ਗੱਲ ਤਾਂ ਉਹ ਪਲੱਸ 2 ਤੱਕ ਮਸੀਮ ਮਸੀ ਪਹੁੰਚਦਾ ਹੈਗਾ ਤੇ ਫਿਰ ਬਹੁਤ ਕਲਾਕੀ ਪਹੁੰਚਾਉਂਦੇ ਨੇ ਬਹੁਤ ਸਾਰੇ ਮੁੰਡੇ ਐ ਜਿਹੜੇ ਵੀ ਆਈਲੈਂਡਸ ਤੱਕ ਵੀ ਨਹੀਂ ਕਰ ਸਕਦੇ ਦੂਜੇ ਪਾਸੇ ਉਹ ਜਿਹੜਾ ਹੈਗਾ ਕਿ ਮਾਪਿਆਂ ਦਾ ਸੁਪਰ ਲਾਲ ਹੁੰਦਾ ਹੈ ਮਾਪਿਆਂ ਕੋਲ ਜ਼ਮੀਨ ਜਾਇਦਾਦ ਹੁੰਦੀ ਹੈ ਤੇ ਫਿਰ ਮਾਪਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਬਾਹਰ ਭੇਜੇ ਬਾਹਰ ਭੇਜਣ ਦੇ ਲਈ ਉਹ ਫਿਰ ਇਹੋ ਜਿਹੀ ਲੜਕੀ ਲੱਭਦੇ ਨੇ ਜਿਹੜੀ ਲੜਕੀ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੇ ਵਿੱਚੋਂ ਹੋਵੇ ਤੇ ਉਹ ਇਹ ਲਾਲਚ ਦਿੰਦੇ ਆ ਕਿ ਅਸੀਂ ਇਹਨੂੰ ਮਤਲਬ ਤੁਸੀਂ ਸਾਡੇ ਮੁੰਡੇ ਨਾਲ ਇਹਨੂੰ ਵਿਆਹ ਦਿਓ ਤਾਂ ਸਾਰਾ ਖਰਚਾ ਅਸੀਂ ਕਰਾਂਗੇ ਤੇ ਜਿਹਨੂੰ ਆਪਾਂ ਕਹਿੰਦੇ ਨੇ ਸਪਾਊਸ ਵੀਜ਼ੇ ਦੇ ਉੱਤੇ ਉਹ ਇਸ ਤਰ੍ਹਾਂ ਦਾ ਕਰ ਲੈਂਦੇ ਆ ਜਣੀ ਕੁਲ ਮਿਲਾ ਕੇ ਇੱਕ ਪੜ੍ਹਨ ਵਾਲੀ ਲੜਕੀ ਜਿਹੜੀ ਬੜੀ ਹੌਨ ਹਾਰ ਹੁੰਦੀ ਹੈ ਕੁਝ ਉਹ ਕਰ ਸਕਦੀ ਹੁੰਦੀ ਹੈ ਉਹਦੇ ਚੂੜਾ ਪੈ ਜਾਂਦਾ ਤੇ ਜਦੋਂ ਫਿਰ ਉਹ ਲੜਕੀ ਇੱਥੇ ਆਂਦੀ ਹੈਗੀ ਇੱਥੇ ਦੀਆਂ ਹਾਲਤਾਂ ਹੋਰ ਨੇ ਲੜਕੀਆਂ ਨੇ ਕੰਮ ਵੀ ਕਰਨਾ ਹੁੰਦਾ ਆਪਣੇ ਖਰਚੇ ਵੀ ਕੱਢਣੇ ਇੱਥੇ ਅੱਗੇ ਜੋ ਖਲਾਰਾ ਪੈਂਦਾ ਉਹ ਤਾਂ ਸਾਨੂੰ ਪਤਾ ਹੈ ਨਾ ਜਿਆਦਾਤਰ ਉਹ ਤਾਂ ਉਹਦਾ ਇੰਪੈਕਟ ਬਹੁਤ ਦੂਰ ਤੱਕ ਜਾਣਾ ਜੀ ਜੀ ਤੇ ਪਰ ਉੱਥੇ ਫਿਰ ਜਦੋਂ ਹੁਣ ਇਸ ਤਰ੍ਹਾਂ ਹੁੰਦਾ ਇਹਦੇ ਨਾਲ ਤੇ ਫਿਰ ਸਾਰਾ ਸਿਸਟਮ ਹੀ ਮਤਲਬ ਹਾਂਜੀ ਉਹਦੇ ਚ ਕੀ ਹੈਗਾ ਵੀ ਲੜਕੀਆਂ ਦੀ ਕਦਰ ਤਾਂ ਵਧੀਆ ਤੇ ਨਾਲ ਜਿਹੜੇ ਇੱਕ ਰਿਸ਼ਤੇ ਜਿਹੜੇ ਹੈਗੇ ਆ ਸਮਾਜਿਕ ਰਿਸ਼ਤੇ ਹੈਗੇ ਉਹ ਤਾਣਾ ਬਾਣਾ ਵੀ ਟੁੱਟਿਆ ਹੈਗਾ ਮਤਲਬ ਹੁਣ ਜੇ ਕਈ ਵਾਰ ਇਹ ਕਹ ਲੋ ਵੀ ਇੰਟਰ ਕਾਸਟ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਬਾਹਰ ਜਾਣ ਦੀ ਲੋੜ ਦੇ ਲਈ ਹੋ ਰਿਹਾ ਹਾਂ ਹਾਂ ਤੇ ਪਰ ਲੋਕ ਹੁਣ ਇਹ ਵੀ ਚੀਜ਼ ਛੱਡ ਰਹੇ ਨੇ ਹਾਂਜੀ ਇਹ ਵੀ ਚੀਜ਼ ਛੱਡੀ ਜਾ ਰਹੀ ਹੈਗੀ ਸੋ ਮਲਾ ਕੇ ਹੁਣ ਜੇ ਕੋਈ ਪਰਿਵਾਰ ਹੀ ਕਰਦਾ ਵੀ ਹੈਗਾ ਜਿਵੇਂ ਸਾਡਾ ਇੱਕ ਸਾਰਾ ਪਿਆ ਹੈਗਾ ਪਿਛਲਾ ਸਿਸਟਮ ਤਾਂ ਬਾਕੀ ਕਈ ਵਾਰ ਉਹ ਤਾਣੇ ਬਾਣੇ ਦੇ ਵਿੱਚ ਉਸ ਪਰਿਵਾਰ ਦੇ ਨਾਲ ਬਾਕੀ ਰਿਸ਼ਤੇ ਨਾਤੇ ਜਿਹੜੇ ਉਹ ਕਹਿੰਦੇ ਵੀ ਅਸੀਂ ਨਹੀਂ ਤੇਰੇ ਨਾਲ ਵਰਤਣਾ ਤੂੰ ਆਪਣਾ ਮੁੰਡਾ ਹੈਗਾ ਜਿਹੜਾ ਕਿਸੇ ਹੋਰ ਜਾਤ ਦੇ ਵਿੱਚ ਵਿਆਹਤਾ ਜਦੋਂ ਕਿ ਕੋਈ ਇੱਕ ਅੱਧਾ ਕੇਸ ਨਹੀਂ ਬਹੁਤ سارے ਇਸ ਤਰ੍ਹਾਂ ਦੇ ਕੇਸ ਹੈਗੇ ਆ ਤੇ ਦਿਨ ਬਦਲੇ ਕਾਫੀ ਤੁਹਾਨੂੰ ਹੋ ਰਹੀਆਂ ਮਤਲਬ ਤੇ ਫਿਰ ਇਹੋ ਜਿਹੇ ਰਿਸ਼ਤੇ ਸਿਰੇ ਕਿਹੜੇ ਚੜਦੇ ਨੇ ਉਹਨਾਂ ਚ ਵੀ ਸਕਸੈਸ ਰੇਟ ਉਹਨਾਂ ਦਾ ਵੈਸੇ ਹੀ ਉਹਨਾਂ ਦੇ ਕਿਉਂਕਿ ਉਹਨਾਂ ਦੀ ਬੁਨਿਆਦ ਹੀ ਗਲਤ ਹੈ ਹਾਂਜੀ ਹਾਂਜੀ ਤੇ ਉਹਦੇ ਚ ਇੱਥੇ ਬਹੁਤ ਪ੍ਰੋਬਲਮਜ਼ ਆਉਂਦੀਆਂ ਨੇ ਇੱਥੇ ਪੁਲਿਸ ਕੇਸ ਬੜੇ ਹੁੰਦੇ ਨੇ ਬਹੁਤ ਕੁਝ ਹੋ ਰਿਹਾ ਇਹਦਾ ਫਿਰ ਮੈਂਟਲ ਅਸਰ ਵੀ ਹੁੰਦਾ ਹੋਵੇਗਾ ਫਿਰ ਪਰਿਵਾਰਾਂ ਤੇ ਵੀ ਅਸਰ ਹੁੰਦਾ ਹੋਵੇਗਾ ਹਾਂ ਕੁੱਲ ਮਿਲਾ ਕੇ ਇਹ ਜਿਹੜਾ ਰੁਝਾਨ ਹੈਗਾ ਇਹ ਇਹ ਜਿਹੜਾ ਮਾਨਸਿਕ ਪਰੇਸ਼ਾਨੀਆਂ ਵੱਲ ਨੂੰ ਹੀ ਵੱਧਦਾ ਹੈ ਰਿਸ਼ਤੇ ਵੀ ਟੁੱਟਦੇ ਨੇ ਤੇ ਬੰਦੇ ਇੱਕ ਲੋ ਵੀ ਮਾਨਸਿਕ ਰੋਗਾਂ ਦੇ ਵਿੱਚ ਵਿਗਰਸੇ ਜਾਂਦੇ ਨੇ ਤੇ ਇਹ ਔਖਾ ਬੋਥੀ ਔਖਾ ਜਿਹੜਾ ਰੂਟ ਹੈਗਾ ਬੰਦ ਹੈਗਾ ਜਿੱਧਰ ਨੂੰ ਅਸੀਂ ਤੁਰਪੀ ਹੈਗੀ ਆ ਸਾਡੀ ਸੁਸਾਇਟੀ ਕਈ ਵਾਰ ਤਾਂ ਮੈਨੂੰ ਇਹ ਲੱਗਦਾ ਆਪਾਂ ਕਹਿੰਦੇ ਨਾ ਵੀ ਡਰੱਗ ਦੀ ਪ੍ਰੋਬਲਮ ਹੈ ਜਦ ਸਭ ਤੋਂ ਵੱਡਾ ਡਰੱਗ ਤੇ ਕੈਨੇਡਾ ਬਣ ਗਿਆ ਪੰਜਾਬ ਚ ਜੀ 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 ਇਹ ਵੀ ਡਰੱਗ ਵਰਗੀ ਪ੍ਰੋਬਲਮ ਹੀ ਬਣ ਗਿਆ ਹਾਂ ਚਲੋ ਨਾ ਇਹ ਛੁੱਟਦਾ ਨਾ ਇੱਥੇ ਮਤਲਬ ਇਹ ਕੋਈ ਸਮਝਾ ਸਕਦਾ ਇਹਦੇ ਬਾਰੇ ਇਹ ਆਪਣੀ ਕਿਸਮ ਦੀ ਡਰੱਗ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਜੋ ਇੱਕ ਡਰੱਗ ਅਸੀਂ ਪੰਜਾਬ 'ਚ ਸੁਣਦੇ ਹਾਂ ਇੱਥੇ ਵੀ ਹੈ ਤੇ ਇੱਥੇ ਵੀ ਕਰਾਈਮ ਰੇਟ ਹੈਗਾ ਜਦੋਂ ਬੱਚੇ ਫਿਰ ਇੱਕ ਫਰਸਟ੍ਰੇਸ਼ਨ ਉਹਨਾਂ ਚ ਆਉਂਦੀ ਹੈ ਮਾਯੂਸੀ ਆਉਂਦੀ ਹੈ ਤਾਂ ਉਹ ਫਿਰ ਜ਼ਿੰਦਗੀ 'ਚ ਕਈ ਵਾਰ ਉਹ ਗਲਤ ਕਿਸਮ ਦੇ ਵੀ ਜਿਹੜਾ ਰੂਟ ਅਖਤਿਆਰ ਕਰਦੇ ਨੇ ਇੱਕ ਪੰਗੂ ਸਾਹਿਬ ਇੱਥੇ ਅਸੀਂ ਇੱਕ ਚੀਜ਼ ਹੋਰ ਦੇਖੀ ਹੈ ਇੱਥੇ ਬੜੀ ਕਾਮਨ ਚੀਜ਼ ਹੈ ਇਹ ਇੱਥੇ ਕੋਈ ਬੰਦਾ ਜੇ ਕਿਸੇ ਪੰਜਾਬ 'ਚ ਕਿਸੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੇ ਆਪਣੇ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਦੋਸਤ ਮਿੱਤਰ ਨੂੰ ਕਿ ਤੁਸੀਂ ਬੱਚੇ ਨਾਂ ਭੇਜੋ ਇੱਥੇ ਕੋਈ ਇੰਨੇ ਗ੍ਰੇਟ ਹਾਲਾ ਹਾਲਤ ਨਹੀਂ ਇਹਨਾਂ ਨੂੰ ਪੜ ਪੜ ਲੈਣ ਦਿਓ ਇੱਥੇ ਕੁਝ ਚੰਗੇ ਜਿਹੇ ਇੰਡੀਆ 'ਚ ਬਣਦੇ ਨੇ ਤੇ ਬਣ ਲੈਣ ਦਿਓ ਤੇ ਉਹ ਇਸ ਗੱਲ ਨੂੰ ਸੁਣਦੇ ਨਹੀਂ ਉਲਟਾ ਸੁਣਾਉਣਾ ਸ਼ੁਰੂ ਕਰ ਦਿੰਦੇ ਨੇ ਤੁਹਾਨੂੰ ਬੁਰਾ ਮਨਾਉਂਦੇ ਨੇ ਕਿ ਸ਼ਾਇਦ ਇਹ ਸਾਨੂੰ ਇਹ ਜਾਣ ਬੁੱਝ ਕੇ ਡਿਸਚਾਰਜ ਕਰ ਰਿਆ ਕਿ ਕਿਤੇ ਇਹਨੂੰ ਸਾਡਾ ਬੱਚਾ ਨਾ ਸੰਭਾਲਣਾ ਪੈ ਜੇ ਤੇ ਹੁਣ ਇੱਥੇ ਫਿਰ ਲੋਕਾਂ ਨੇ ਹੌਲੀ ਹੌਲੀ ਇਹ ਤਜਰਬੇ 'ਚੋਂ ਬਣੀ ਚੀਜ਼ੇ ਬਣਾ ਲਈ ਵੀ ਜੇ ਕੋਈ ਤੁਹਾਨੂੰ ਪੰਜਾਬ 'ਚੋਂ ਪੁੱਛੇ ਉਹਨੂੰ ਰਾਜਨੰਦ ਉਹ ਸਹੀ ਹੂੰ ਹੂੰ ਉਹਨੂੰ ਕਹਿੰਦੇ ਠੀਕ ਹੈ ਠੀਕ ਹੈ ਤੂੰ ਬਹੁਤ ਵਧੀਆ ਕਰ ਰਿਆ ਹੂੰ ਕਿ ਇਹ ਇਹ ਤੁਹਾਡੀ ਗੱਲ ਠੀਕ ਹੈਗੀ ਆ ਪਰ ਉਦੋਂ ਤਾਂ ਤੁਸੀਂ ਇੱਥੇ ਦੇ ਹਾਲਤ ਦੇਖ ਕੇ ਇਹ ਗੱਲ ਕਹਿੰਦੇ ਸੀ ਨਾ ਪਰ ਜਦੋਂ ਹੁਣ ਇਹ ਵੱਡੇ ਪੱਧਰ ਤੇ ਆਪਾਂ ਇੱਥੇ ਬੇਰੁਜ਼ਗਾਰੀ ਦੇਖਦੇ ਹੈਗੇ ਆ ਬੱਚਿਆਂ ਦੀਆਂ ਪਰੇਸ਼ਾਨੀਆਂ ਦੇਖਦੇ ਆ ਇਹ ਪਰੇਸ਼ਾਨੀਆਂ ਉਹ ਅੱਗੇ ਮਾਪਿਆਂ ਨੂੰ ਵੀ ਨੋਟ ਕਰਾਉਂਦੇ ਆ ਇਹ ਪਰੇਸ਼ਾਨੀਆਂ ਵੱਧ ਕੇ ਹੁਣ ਤਾਂ ਲਾਸ਼ਾਂ ਦੇ ਵਿੱਚ ਬਦਲ ਰਹੀਆਂ ਨੇ ਤੇ ਇੱਕ ਪੰਜਾ ਇੱਕ ਜਣੀ ਇੱਕ ਆਵਾਜ਼ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੁਨੇਹਾ ਹੈਗਾ ਜਿਹੜਾ ਉਹ ਪੰਜਾਬ ਦੇ ਮਾਪਿਆਂ ਤੱਕ ਵੀ ਗਿਆ ਹੈਗਾ ਤਾਂ ਜਾਂ ਜਾ ਰਿਹਾ ਹੈਗਾ ਸੋ ਬਹੁਤ ਉਮੀਦ ਹੈਗੀ ਹੈ ਕਿ ਇਹ ਰੁਝਾਨ ਨੂੰ ਹੌਲੀ 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 ਹੁਣ ਗੱਲ ਉੱਥੇ ਹੌਲੀ ਹੌਲੀ ਇਹ ਕਾਮ ਆਮ ਹੋ ਰਹੀ ਹੈ ਕਿ ਪ੍ਰੋਬਲਮ ਹੈ ਹੁਣ ਉੱਥੇ ਇੰਨਾ ਇਹ ਈਜ਼ੀ ਰਸਤਾ ਨਹੀਂ ਜਿੰਨਾ ਅਸੀਂ ਸਮਝਦੇ ਸੀ ਬੇਸ਼ੱਕ ਅਸੀਂ ਇਹ ਸਮਝਦੇ ਹਾਂ ਕਿ ਇਹ ਅਜੇ ਵੀ ਸੌਖਾ ਨਹੀਂ ਕਿਉਂਕਿ ਜਿਹੜਾ ਰੁਝਾਨ ਹੈਗਾ ਜਣੀ ਇਹ ਸੁਨਾਮੀ ਦੇ ਰੂਪ ਦੇ ਵਿੱਚ ਹੈਗਾ ਇਹ ਰੁਝਾਨ ਪੰਜਾਬ ਦੇ ਵਿੱਚ ਪਰ ਮੈਨੂੰ ਲੱਗਦਾ ਹੁਣ ਇਹ ਦੇਤੇ ਹੌਲੀ-ਹੌਲੀ ਠੱਲ ਪਾਊਗੀ ਤੇ ਜਿਹੜੀਆਂ ਉਹ ਆਈਲੈਂਡਸ ਵਾਲੇ ਜਿਹੜੇ ਸੈਂਟਰ ਹੈਗੇ ਆ ਉਹਨਾਂ ਦੀ ਗਿਣਤੀ ਘਟੂਗੀ ਕਿਉਂਕਿ ਕੋਈ ਵੀ ਮਾਪਾ ਖੈਰ ਜ਼ਿੰਦਗੀ ਤੱਕ ਦਾ ਰਿਸਕ ਭਾਵੇਂ ਚਲੋ ਲੈਂਦੇ ਆ ਪ੍ਰਵਾਸ ਦੇ ਲਈ ਪਰ ਫਿਰ ਵੀ ਮਾਪੇ ਇਨਾ ਵੱਡਾ ਰਿਸਕ ਨਹੀਂ ਲੈਣਗੇ ਪੰਗੂ ਸਾਹਿਬ ਤੁਸੀਂ ਜਿਹੜੇ ਕਈ ਪੱਖਾਂ ਤੇ ਗੱਲ ਕੀਤੀ ਹੈ ਇੱਕ ਪੱਖ ਜਿਹੜਾ ਹੈ ਅ ਹੋਰ ਹੈ ਪ੍ਰਾਪਰਟੀਆਂ ਦਾ ਜੀ 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 ਤੇ ਅ ਕਿਉਂਕਿ ਇਸ ਤਰ੍ਹਾਂ ਦੇ ਵੀ ਜਿਹੜੇ ਜੋ ਅਸੀਂ ਕਹਾਣੀਆਂ ਇੱਥੇ ਸੁਣਦੇ ਆ ਇਸ ਤਰ੍ਹਾਂ ਦੀਆਂ ਵੀ ਫੈਮਿਲੀਜ਼ ਨੇ ਬੱਚੇ ਇੱਥੇ ਭੇਜੇ ਨੇ ਜਿਨ੍ਹਾਂ ਦੀ ਵੈਸੇ ਇਕਨੋਮਿਕ ਹਾਲਤ ਇਹ ਨਹੀਂ ਹੈ ਕਿ ਉਹ ਅਫੋਰਡ ਕਰ ਸਕਣ ਜਾਂ ਤਾਂ ਫਿਰ ਉਹ ਲੋਨ ਚੁੱਕਦੇ ਨੇ ਜਾਂ ਜ਼ਮੀਨ ਵੇਚਦੇ ਨੇ ਸਾਰਾ ਕੁਝ ਹੁੰਦਾ ਹੈ ਤੇ ਉਹ ਵੀ ਅੱਗੇ ਵੀ ਜਰਨੀ ਉਹਨਾਂ ਦੀ ਕੋਈ ਆਸਾਨ ਨਹੀਂ ਹੁੰਦੀ ਜੀ ਇਹਦਾ ਫਿਰ ਇੰਪੈਕਟ ਕੀ ਪੈਂਦਾ ਫੈਮਲੀਜ਼ ਦੇ ਉੱਤੇ ਜਾਂ ਇਹ ਉਹਨਾਂ ਦੀ ਇਕਨੋਮੀ ਤੇ ਕੀ ਅਸਰ ਪੈ ਰਿਹਾ ਆਹ ਦੇਖੋ ਅਸੀਂ ਸਾਡੇ ਦੇਖਦੇ ਦੇਖਦੀ ਇਹ ਹੁੰਦਾ ਸੀਗਾ ਕਿ ਜਦੋਂ ਲੋਕੀ ਵਿਦੇਸ਼ਾਂ ਦੇ ਵਿੱਚ ਆਉਂਦੇ ਸੀਗੇ ਉਹ ਵਿਦੇਸ਼ਾਂ ਦੇ ਵਿੱਚ ਕਮਾਈ ਕਰਕੇ ਪੰਜਾਬ ਦੇ ਵਿੱਚ ਭੇਜਦੇ ਸੀਗੇ ਇੱਥੇ ਉੱਥੇ ਜ਼ਮੀਨਾਂ ਵੀ ਖਰੀਦੇ ਸੀ ਵੱਡੀਆਂ-ਵੱਡੀਆਂ ਕੋਠੀਆਂ ਵੀ ਬਣਾਉਂਦੇ ਸੀ ਤੇ ਕਿਸੇ ਹੱਦ ਤੱਕ ਜਦੋਂ ਕੋਠੀ ਬਣਾ ਕੇ ਉੱਪਰਲੇ ਪਾਸੇ ਇੱਕ ਢੈਂਕੀ ਤੇ ਜਹਾਜ਼ ਵੀ ਬਣਾਉਂਦੇ ਸੀ ਦੁਆਬੇ ਵਿੱਚ ਜਹਾਜ਼ ਵੀ ਬਣਾ ਦਿੰਦੇ ਸੀ ਜਾਂ ਬਲਦ ਬਣਾ ਦਿੰਦੇ ਸੀ ਤੇ ਉਹਦੇ ਓਵਰਆਲ ਇੱਕ ਅਸਰ ਹੀ ਪੈਂਦਾ ਸੀ ਵੀ ਹਾਂ ਸੱਚ ਯਾਰ ਬਾਹਰਲੇ ਪਾਸੇ ਉਦੇਸ਼ਾਂ ਦੇ ਵਿੱਚ ਬਹੁਤ ਪੈਸਾ ਹੈਗਾ ਤੇ ਅਸੀਂ ਇੱਥੇ ਆ ਕੇ ਜ਼ਮੀਨਾਂ ਜਾਇਦਾਦਾਂ ਖਰੀਦ ਸਕਦੇ ਹਾਂ ਕੋਠੀਆਂ ਬਣਾ ਸਕਦੇ ਹਾਂ ਤੇ ਬੱਲੇ ਬੱਲੇ ਬਹੁਤੀ ਇਹ ਉਹ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਸੀ ਤੇ ਇਹ ਕਿਸੇ ਹੱਦ ਤੱਕ ਉਹ ਚੀਜ਼ ਨੇ ਸਾਡੇ ਲੋਕਾਂ ਨੂੰ ਹੁਲਾਰਾ ਵੀ ਦਿੱਤਾ ਹੈ ਕਿ ਬਾਹਰ ਜਾਣਾ ਚਾਹੀਦਾ ਹੈਗਾ ਚਲੋ ਕੋਈ سونے ਦੀ ਖਾਣੇ ਬਾਹਰ हां ਚਲੋ ਪੜ੍ਹਾਈ ਦੇ ਮੌਕੇ ਖੁੱਲੇ ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਏ ਤੇ ਜਦੋਂ ਉਹ ਗਏ ਇਹਦੇ ਉੱਤੇ ਇਨਾ ਜ਼ਿਆਦਾ ਖਰਚ ਹੋਇਆ ਕਿ ਪਹਿਲੀ ਗੱਲ ਤਾਂ ਇੱਕ ਏਜੰਟਾਂ ਦੀ ਜਿਹੜੀ ਕਿਸਨਤ ਹੈਗੀ ਆ ਉੱਥੇ ਪਹਿਲਾ ਹੋਗੀ ਕਿ ਅਸੀਂ ਤੁਹਾਨੂੰ ਭੇਜਦੇ ਹੈਗੇ ਆ ਫਿਰ ਬਹੁਤ ਸਾਰੇ ਲੋਕਾਂ ਕੋਲ ਇੱਕ ਸ਼ੋਮਨੀ ਵਾਲੀ ਜਿਹੜੀ ਗੱਲ ਉਹ ਵੀ ਨਹੀਂ ਸੀ ਹੁੰਦੀ ਉਹ ਵੀ ਜ਼ਿੰਮੇਵਾਰੀ ਏਜੰਟਾਂ ਨੇ ਲੈ ਲਈ ਪਾਵੇਂ ਕਿ ਉਹ ਬੰਦ ਵਿਆਜ ਉਹਨਾਂ ਤੋਂ ਲੈਂਦੇ ਨੇ ਕੁੱਲ ਮਿਲਾ ਕੇ ਜਦੋਂ ਵੀ ਬੱਚਾ ਇਧਰ ਨੂੰ ਭੇਜਿਆ ਤਾਂ ਲੋਕਾਂ ਨੇ ਬੈਂਕਾਂ ਤੋਂ ਲਿਮਟਾਂ ਬਣਾ ਬਣਾ ਕੇ ਚੱਕੇ ਜਾਂ ਇਹ ਕਿ ਲੋ ਆਪਣੀਆਂ ਜ਼ਮੀਨਾਂ ਚਾਹੇ ਦਾ ਤਾਂ ਵੇਚੀਆਂ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਕੁੱਲ ਮਿਲਾ ਕੇ ਜਿਹੜਾ ਧਨ ਹੈਗਾ ਉਹ ਉਲਟਾ ਹੋ ਗਿਆ ਇਧਰ ਨੂੰ ਆਉਣਾ ਸ਼ੁਰੂ ਹੋ ਗਿਆ ਇਧਰ ਨੂੰ ਆਉਣਾ ਸ਼ੁਰੂ ਹੋ ਗਿਆ ਤੇ ਉਹ ਆ ਰਿਹਾ ਹੈਗਾ ਵੱਡੇ ਪੱਧਰ ਤੇ ਜਿਵੇਂ ਸਾਡੇ ਬਹੁਤ ਸਾਰੇ ਜਿਹੜੇ EMPLOYES ਹੈਗੇ ਆ ਭਾਵੇਂ ਉਹ ਯੂਨੀਵਰਸਿਟੀ ਤੱਕ ਦੇ ਕਾਲਜਾਂ ਤੱਕ ਦੇ ਉਥੇ ਹਾਲਾਂਕਿ ਉਹਨਾਂ ਦੀ ਜਿਹੜੀ ਕਮਾਈ ਵੀ ਹੈਗੀ ਐ ਇਸ ਵੇਲੇ ਲੱਖਾਂ ਦੇ ਵਿੱਚ ਐ ਭਾਵੇਂ ਕੋਈ ਅਧਿਆਪਕ ਵੀ ਹੋਵੇ ਤੇ ਜਦੋਂ ਉਹ ਸੇਵਾਮੁਕਤ ਹੁੰਦੇ ਨੇ ਉਹਨਾਂ ਨੂੰ ਬੜਾ ਇੱਕ ਅੱਛਾ ਜਿਹੜਾ ਪੈਕੇਜ ਹੈਗਾ ਰਿਟਾਇਰਮੈਂਟ ਤੇ ਮਿਲਦਾ ਹੈਗਾ ਉਹ ਸਾਰਾ ਪੈਸਾ ਸਾਰਾ ਤਾਂ ਇਧਰ ਆ ਰਿਹਾ ਹੈਗਾ ਜਿੰਨੇ ਲੋਕਾਂ ਦੀ ਸਾਰੀ ਰਿਟਾਇਰਮੈਂਟ ਦੇ ਪੈਸੇ ਮਿਲੇ ਹੁੰਦੇ ਨੇ ਉਹ ਵੀ ਕੈਨੇਡਾ ਪਹੁੰਚ ਜਾਂਦੇ ਨੇ ਹਾਂ ਮੈਂ ਦੇਖਿਆ ਪਿਛਲੇ ਦਿਨੀ ਇੱਥੇ ਪੰਜਾਬੀ ਵਿਸ਼ੇ ਪੰਜਾਬੀ ਕਾਨਫਰੰਸ ਹੋਈ ਸੀ ਉਹ ਤੁਹਾਨੂੰ ਪਤਾ ਹੋਊਗਾ ਕਿ ਵੱਧ ਤਾਂ ਉਹ ਕਿਉਂ ਹੋਈ ਸੀ ਕੌਣ ਨੇ ਕਰਾਉਣ ਵਾਲੇ ਉਹਦੇ ਮੰਤਵ ਕੀ ਨੇ ਚਲੋ ਖੈਰਾ ਪਾਸ ਪਾਸੇ ਪੜਾਉਂਦੇ ਆਪਾਂ ਉਸ ਪਾਸੇ ਜਾਣਾ ਨਹੀਂ ਪਰ ਉੱਥੇ ਜਿਹੜੀ ਮੈਨੂੰ ਪੰਜਾਬ ਦੇ ਉਹ ਲੋਕ ਮਿਲੇ ਵੱਡੇ ਵੱਡੇ ਤਨੰਤਰ ਜਿਨ੍ਹਾਂ ਦੀਆਂ ਔਲਾਦਾ ਇੱਥੇ ਰਹਿ ਰਹੀਆਂ ਨੇ ਤੇ ਇੱਥੇ ਆਏ ਨੇ ਕੁਦਰਤੀ ਉਹਨਾਂ ਦੇ ਨਾਲ ਫਿਰ ਤੁਹਾਨੂੰ ਵੀ ਇੱਥੇ ਆਇਆ ਤੇ ਇੱਥੇ ਜਿਹੜੇ ਹਿਸਾਬ ਦੇ ਨਾਲ ਇੱਕੋ ਇੱਕ ਰੀਜ ਹੁੰਦੀ ਐ ਇੱਥੇ ਰਹਿਣ ਵਾਲੇ ਦੀ ਮੇਰੇ ਕੋਲ ਘਰ ਹੋਵੇ ਤੇ ਘਰ ਜਿਹੜਾ ਜਹਾਜ ਹੈ ਇੱਥੇ ਘਰ ਬਣਾ ਲਿਆ ਜੇ ਜੇ ਪੰਜਾਬ ਦੇ ਵਿੱਚ 50 ਏਕੜ ਵੇਚ ਲੇ ਕੋਈ ਬਰਾਬਰ ਆਏਗਾ ਸੋ ਇਸ ਤਰ੍ਹਾਂ ਜਿਹੜਾ ਸਾਡਾ ਧਨ ਹੈਗਾ ਪੰਜਾਬ ਦਾ ਉਹ ਇਸ ਵੇਲੇ ਆ ਰਿਹਾ ਹੈਗਾ ਸੋ ਬ੍ਰੇਨ ਡレイン ਹੀ ਨਹੀਂ ਹੋ ਰਿਹਾ ਇਹ ਬ੍ਰੇਨ ਡレイン ਨਹੀਂ ਹੋ ਰਹੀ ਹੈ ਤਾਂ ਉਹੀ ਬੰਲ ਕੰਗਾਲ ਬਣਾ ਰਹੇ ਵੈਸੇ ਪੰਜਾਬ ਬਿਲਕੁਲ ਪੰਜਾਬ ਹੈ ਜਿਹੜਾ ਇਸ ਵੇਲੇ ਕੰਗਾਲ ਬਣ ਰਿਹਾ ਹੈ ਤੇ ਉਹ ਬੈਂਕਾਂ ਦੇ ਹੱਥ ਦੇ ਵਿੱਚ ਆ ਰਿਹਾ ਹੈਗਾ ਪੰਜਾਬ ਈਸਟ ਇੰਡੀਆ ਕੰਪਨੀ ਤਾਂ ਉੱਥੇ ਗਈ ਸੀ ਇਸ ਦਾ ਮਤਲਬ ਉੱਥੇ ਜਾਣ ਦੀ ਵੀ ਲੋੜ ਨਹੀਂ ਪਈ ਕੈਨੇਡਾ ਨੂੰ ਤੇ ਹਾਂਜੀ ਹਾਂਜੀ ਇੱਥੇ ਬੈਠ ਕੇ ਫੂਕ ਮਾਰੀ ਤੇ ਖਿੱਚ ਲਿਆ ਬਿਲਕੁਲ ਜੀ ਆ ਕੁਝ ਹੋ ਰਿਹਾ ਹੈਗਾ ਇਸ ਵੇਲੇ ਸੋ ਇਹ ਬੜਾ ਵੱਡਾ ਦੁਖਾਂਤ ਹੈਗਾ ਜੀ ਖੈਰ ਅਸੀਂ ਤੁਸੀਂ ਜਿਹੜੇ ਸੰਵੇਦਨ ਲੋਕ ਹੈ ਸਾਡੇ ਲਈ ਤਾਂ ਇਹ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈਗਾ ਪਰ ਇਹ ਸੁਨਾਮੀ ਅਸੀਂ ਤਾਂ ਇਹ ਚਾਹਦੇ ਸੀ ਵੀ ਕਿਸੇ ਵੇਲੇ ਰੁਕਣੀ ਚਾਹੀਦੀ ਹੈਗੀ ਪਰ ਹੁਣ ਹਾਲਾਤ ਇਹੋ ਜੇ ਬਣਦੇ ਜਾ ਰਹੇ ਹੈ ਕਿ ਇਹ ਨੂੰ ਜੇ ਨਹੀਂ ਰੁਕੂਗੀ ਤਾਂ ਇਹ ਨੂੰ ਠੱਲ ਜ਼ਰੂਰ ਪਾਉਗੀ ਤੇ ਅੱਛਾ ਹੁਣ ਤੁਹਾਨੂੰ ਲੱਗਦਾ ਜੇ ਆਪਾਂ ਆਮਤਲ ਆਖਰ ਚ ਗੱਲ ਕਰੀਏ ਕਿ ਜਿਵੇਂ ਇਹ ਸਾਰਾ ਕੁਝ ਕਰਾਈਸਿਸ ਵਧਿਆ ਸਟੂਡੈਂਟਸ ਨੂੰ ਜੋਬਸ ਨਹੀਂ ਮਿਲ ਰਹੀਆਂ ਕੰਮ ਨਹੀਂ ਮਿਲ ਰਿਹਾ ਫਿਰ ਇਹ ਇੱਥੇ ਦੇਖੋ ਮਤਲਬ ਸ਼ਾਇਦ ਪਤਾ ਨਹੀਂ ਹੁਣ ਹੁਣ ਤੋਂ ਕਰ ਉੱਥੇ ਜਾਣੀਆਂ ਸ਼ੁਰੂ ਹੋ ਗਈਆਂ ਖਬਰਾਂ ਇੱਕ ਚੀਜ਼ ਆਪਾਂ ਮਤਲਬ ਕਰਦੇ ਹੁੰਦੇ ਸੀ ਵੀ ਪੰਜਾਬੀ ਬੰਦੇ ਕਦੇ ਆਹ ਬਾਹਰ ਮੰਗਣ ਵਾਲੀ ਉਹਨਾਂ ਦੀ ਨੌਕਤ ਨਹੀਂ ਆਉਂਦੀ ਉਹ ਹੋਮਲੈਸ ਨਹੀਂ ਹੁੰਦੇ ਉਹਨਾਂ ਦੀ ਇਹ ਇਹ ਨੌਕਤ ਨਹੀਂ ਆਉਂਦੀ ਜੀ ਜੀ ਪਰ ਇੱਥੇ ਹੁਣ ਕਾਫੀ ਵੱਡੀ ਗਿਣਤੀ ਚ ਇਹੋ ਜਿਹੇ ਸਟੂਡੈਂਟਸ ਦੀ ਜਿਹੜੇ ਹੋਮਲੈਸ ਹੋਣ ਦੀ ਨੌਬਤ ਪਾ ਜਾਂਦੀ ਹੈ ਜਿਹੜੇ ਡਰਗ ਐਡਿਕਟ ਨੇ ਹੋਮਲੈਸ ਹੋ ਜਾਂਦੇ ਨੇ ਤੇ ਮੁੜ ਕੇ ਮੰਗਦੇ ਫਿਰਦੇ ਨੇ ਹਮ ਇੱਕ ਦੇ ਇਹ ਪੰਜਾਬ ਚ ਇਹ ਨੌਬੰਦਾ ਕਿੰਨਾ ਮਰਜੀ ਟੁੱਟਿਆ ਹੋਵੇ ਇਹ ਨੌਬਤ ਨਹੀਂ ਸੀ ਆਉਂਦੀ ਇਹ ਪੰਜਾਬ ਦੇ ਵਿੱਚ ਇਹ ਨੌਬਤ ਨਹੀਂ ਸੀ ਆਉਂਦੀ ਇੱਥੇ ਅਸੀਂ ਇਹ ਦੇਖੀ ਹੈ ਫਿਰ ਵੀ ਮੈਂ ਇੱਥੇ ਆ ਕੇ ਇਹ ਵੀ ਮਹਿਸੂਸ ਕੀਤਾ ਕਿ ਸਾਡੀ ਜਿਹੜੀ ਗੁਰੂ ਘਰ ਕੇਂਦਰ ਨੇ ਉਹ ਬਹੁਤ ਹੱਦ ਤੱਕ ਇਹਨਾਂ ਬੱਚਿਆਂ ਦਾ ਸਹਾਰਾ ਬਣਦੇ ਨੇ ਕਰਦੇ ਨੇ ਜੀ ਪਰ ਉਹ ਕਿੰਨਾ ਹੋ ਸਕਦਾ ਉਹਦੇ ਚ ਇਹ ਵੀ ਪ੍ਰੋਬਲਮ ਹੈ ਜਿੱਦਾਂ ਦਾ ਇੱਥੇ ਤਾਣਾ ਬਾਣਾ ਹੁਣ ਜਿਹੜਾ ਡਰੱਗ ਐਡਿਕਟ ਹੈ ਉਹਨੂੰ ਕੋਈ ਵੀ ਨਹੀਂ ਸੰਭਾਲਦਾ ਹਾਂ ਹਾਂ ਇਹ ਵੀ ਇੱਕ ਪ੍ਰੋਬਲਮ ਹੈ ਉਹ ਉਹ ਵੀ ਹੈਗਾ ਹੁਣ ਜਿੰਮੇ ਮੈਂ ਬ੍ਰਮਟਨ ਦੇ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਹੈ ਬਹੁਤ ਗਿਣਤੀ ਦੇ ਵਿੱਚ ਦੇਖਦਾ ਕਾਰਨ ਇਹ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਇੱਥੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਆ ਤੇ ਇਸੇ ਤਰ੍ਹਾਂ ਕੋਈ ਨਾ ਕੋਈ ਤੰਦਾਂ ਰਿਸ਼ਤਿਆਂ ਦੀਆਂ ਜੋੜ ਕੇ ਉਧਰਲੇ ਬੱਚੇ ਬ੍ਰੈਂਪਟਨ ਸੋ ਹੁਣ ਜਿਹੜੀ ਗੱਲ ਆਪਾਂ ਆਖਰ ਚ ਜੇ ਹੁਣ ਗੱਲ ਖਤਮ ਕਰਨੀ ਹੋਏ ਉੱਥੇ ਹੁਣ ਥੋੜੀ ਥੋੜੀ ਜਿਵੇਂ ਪਹਿਲਾਂ ਨਾਲੋਂ ਵੱਧ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ ਹੈ ਇਸ ਬਾਰੇ ਤੁਹਾਨੂੰ ਲੱਗਦਾ ਕਿ ਕੁਝ ਕੁਝ ਲੋਕ ਇਹ ਹੋ ਜੈ ਨੇ ਜਿਹੜੇ ਹੁਣ ਥੋੜਾ ਰੀਥਿੰਕ ਕਰ ਰਹੇ ਨੇ ਕਿ ਵੀ ਇਹ ਵਾਕਈ ਸਾਨੂੰ ਇਹ ਰਸਤਾ ਚੁਣਨਾ ਚਾਹੀਦਾ ਹੈ ਕਿ ਜਾਂ ਇਨੂੰ ਅਸੀਂ ਅਵੇਅਰਨੈਸ ਵੀ ਨਹੀਂ ਕਹਿ ਸਕਦੇ ਇਹਨੂੰ ਇਹ ਕਹਿ ਸਕਦੇ ਆ ਕਿ ਮੱਛੀ ਹੈ ਜਿਹੜੀ ਉਹ ਪੱਥਰ ਚੱਟ ਕੇ ਅਵੇਅਰਨੈਸ ਵੀ ਕਾਦੀ ਹੋਣੀ ਉਹ ਪੱਥਰ ਚੱਟ ਕੇ ਵਾਪਸ ਆਉਂਦੇ ਤੇ ਹੁਣ ਅਗਲੀ ਗੱਲ ਤਾਂ ਇਹ ਹੈਗੀ ਆ ਚਲੋ ਅਸੀਂ ਤਾਂ ਇਹ ਚਾਹਦੇ ਆ ਕਿ ਬੱਚੇ ਸਾਡੇ ਉਥੇ ਪੜਨ ਤੇ ਜ਼ਿੰਦਗੀ ਦੇ ਵਿੱਚ ਅਧੂਰੇ ਹੋਣ ਤੇ ਅਗਲੀਆਂ ਪ੍ਰੋਬਲਮਸ ਹੈਗੀਆਂ ਉਹ ਸਾਡੀ ਉਸ ਸਟੇਟ ਦੀਆਂ ਹੈਗੀਆਂ ਨੇ ਦੇਸ਼ ਦੀਆਂ ਹੈਗੀਆਂ ਨੇ ਜਿਹੜੀ ਇੱਕ ਬੱਚਿਆਂ ਨੂੰ ਇੱਕ ਜਿਹੜੀ ਸਵੈਮਾਨ ਵਾਲਾ ਜੀਵਨ ਹੁੰਦਾ ਹੈ ਜਿਹੜਾ ਜਾਂ ਰੋਜ਼ਗਾਰ ਹੁੰਦਾ ਹੈ ਜਿਹੜਾ ਉਹ ਉਹ ਨਹੀਂ ਦੇ ਗੱਲ ਤਾਂ ਗੱਲ ਵਿਗੜੀ ਉੱਥੇ ਜੈ ਨਾ ਜੀ ਉੱਥੇ ਸਿਸਟਮ ਠੀਕ ਹੋਏ ਹਾਂ ਜੇ ਉੱਥੇ ਸਰਕਾਰਾਂ ਚੰਗੀਆਂ ਹੋਣ ਤੇ ਉੱਥੇ ਜੇ ਰੋਜ਼ਗਾਰ ਸਭ ਨੂੰ ਮਿਲਦਾ ਹੋਏ ਉਸ ਤਰ੍ਹਾਂ ਦਾ ਵਰਕ ਕਲਚਰ ਹੋਏ ਤਾਂ ਫਿਰ ਇਹ ਰਹਿਤੇ ਆਉਣ ਦੀ ਜ਼ਰੂਰਤ ਵੀ ਕੀ ਹੋ ਬਿਲਕੁਲ ਇਹੋ ਗੱਲ ਹੈ ਇਹ ਤਾਂ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਨੇ ਜਿਸ ਕਿਸਮ ਦਾ ਸਾਡੀ ਰਾਜਨੀਤੀ ਦਾ ਅਪਰਾਧੀਕਰਨ ਹੋਇਆ ਜਾਂ ਭਾਈਆ ਭਾਈ ਪਤੀਜਾਵਾਦ ਹੋਇਆ ਜਾਂ ਕੁਲਮਲਾ ਕੇ ਉਹਨਾਂ ਨੇ ਸਾਡੀ ਕਮਿਊਨਿਟੀ ਬਾਰੇ ਸੋਚਿਆ ਨਹੀਂ ਪਰ ਥੋੜਾ ਜਿਹਾ ਹੈ ਨਾ ਕਿ ਇਹ ਹਾਲਤ ਉਂਝੇ ਦੇਖਿਆ ਜਾਵੇ ਦੂਜੇ ਸੂਬਿਆਂ ਚ ਪੰਜਾਬ ਨਾਲੋਂ ਕਈਆਂ ਚ ਖਰਾਬ ਹੈ ਪਰ ਇਹ ਹੀ ਇਹ ਜ਼ਿਆਦਾ ਚੱਲਣ ਵੈਸੀ ਪੰਜਾਬ ਚ ਹੀ ਹੋਇਆ ਇਹ ਨਹੀਂ ਬਪ ਕਹਿ ਸਕਦੇ ਵੀ ਪੰਜਾਬ ਚ ਕੋਈ ਭੁੱਖੇ ਮਰਦੇ ਨਹੀਂ ਇਹ ਵੀ ਕਹਿਣਾ ਥੋੜਾ ਜਨ ਨਜਾਇਜ਼ ਹੁੰਦਾ ਹੈ ਵੀ ਮਾਲ ਹਰ ਬੰਦਾ ਆਰਗੂਮੈਂਟ ਚ ਇਹ ਦੇ ਦਿੰਦਾ ਕੋਈ ਪੰਜਾਬ ਜਾਂ ਇੰਡੀਆ ਕੋਈ ਅਫਗਾਨਿਸਤਾਨ ਥੋੜਾ ਜਿਹਾ ਆਫਰੀਕਾ ਥੋੜਾ ਤੁਹਾਨੂੰ ਰੋਟੀ ਨਹੀਂ ਮਿਲਦੀ ਇਹ ਥੋੜੀ ਜੀ ਆਰਗੂਮੈਂਟ ਵੀ ਦਿੱਤੀ ਗਈ ਹੈ ਨਾ ਜਿਵੇਂ ਕਹਿੰਦੇ ਨੇ ਵੀ ਬੰਦਾ ਫਿਰ ਦਲੀਲ ਲੱਭ ਲੈਂਦਾ ਉਹ ਦੇਖੋ ਇੱਕ ਪੰਜਾਬੀ ਜਿਹੜਾ ਹੈਗਾ ਇੱਕ ਸਭਿਆਚਾਰੀ ਹੈਗਾ ਕਿ ਉਹ ਉੱਥੇ ਜਿਹੜੇ ਹਿਸਾਬ ਦੇ ਨਾਲ ਸਾਡੇ ਗਾਉਣ ਵਾਲਿਆਂ ਨੇ ਇਹ ਸਾਰੀ ਚੱਕਲੋ ਚੱਕਲੋ ਕੀਤੀ ਹੈ ਜਾਂ ਪੰਜਾਬੀਆਂ ਨੂੰ ਬਹੁਤ ਇਸ ਤਰ੍ਹਾਂ ਦਾ ਨਾਇਕ ਬਣਾ ਕੇ ਪੇਸ਼ ਕੀਤਾ ਤਾਂ ਹਰੇਕ ਪੰਜਾਬੀ ਇਹ ਸਮਝਦਾ ਵੀ ਅਸੀਂ ਖਾਸ ਆ ਅਸੀਂ ਖਾਸ ਦੇ ਵਿੱਚੋਂ ਬਾਹਰ ਵਾਲਾ ਰੁਝਾਨ ਆ ਗਿਆ ਤੇ ਉਹਦੇ ਵਿੱਚੋਂ ਹੀ ਸਾਡੀ ਜਿਹੜੀ ਜ਼ਮੀਨ ਜਾਇਦਾਦ ਉੱਥੇ ਵਿਕਣੀ ਸ਼ੁਰੂ ਹੋਈ ਹੈ ਸੋ ਇਹਦੇ ਨਾਲ ਕਾਫੀ ਖੀਨਾਂ ਵੀ ਵਿਕ ਜਾਣਗੀਆਂ ਜ਼ਮੀਰਾਂ ਵੀ ਵਿਕ ਜਾਣਗੀਆਂ ਵਿਕ ਰਹੀਆਂ ਨੇ ਜੀ ਵੱਡੇ ਪੱਦਰ ਤੇ ਵਿਕ ਰਹੀਆਂ ਆਤਮਾ ਵੀ ਮਰ ਜਾਂਦੀ ਬੰਦੇ ਦੀ ਜਦੋਂ ਚੱਕਰ ਚ ਜੀ ਜੀ ਪੁੱਠੇ ਸਿੱਧੇ ਕੰਮ ਕਰਦੇ ਨੇ ਜੀ 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 ਤੇ ਇਹੀ ਉਮੀਦ ਰੱਖਿਏ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਣ ਮੱਛੀ ਪੱਥਰ ਛੱਟ ਕੇ ਮੁੜ ਰਹੀ ਹੈ ਸ਼ਾਇਦ ਇਹ ਇਹ ਵੀ ਉਮੀਦ ਰੱਖਿਏ ਦੂਸਰੇ ਪਾਸੇ ਮਾਪਿਆਂ ਨੂੰ ਵੀ ਕਈ ਵਾਰ ਇਹ ਹੁੰਦਾ ਵੀ ਸਾਡਾ ਬੱਚਾ ਬਾਹਰ ਚਲੇ ਗਿਆ ਤੇ ਹੁਣ ਸਾਡੇ ਵੀ ਰਸਤੇ ਖੁੱਲ ਜਾਣਗੇ ਤੇ ਉਹ ਮੈਂ ਇਸ ਤਰ੍ਹਾਂ ਦਾ ਵੀ ਨੋਟ ਕੀਤਾ ਹੈ ਕਿ ਉਹ ਮਾਪੇ ਕਈ ਵਾਰ ਆਉਂਦੇ ਵੀ ਨੇ ਇਸ ਸ਼ੌਂਕ ਦੇ ਵਿੱਚ ਬੀਜੇ ਲੱਗ ਜਾਂਦੇ ਨੇ ਕਿ ਇਹਨਾਂ ਦਾ ਬੱਚਾ ਉੱਥੇ ਹੀ ਹੈਗਾ ਤੇ ਇੱਥੇ ਬੱਚੇ ਕੋਲ ਉਹਨਾਂ ਨੂੰ ਸੰਭਣ ਦੀਆਂ ਹਾਲਤਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਬੇਸਮੈਂਟਸ ਦੇ ਵਿੱਚ ਬੱਚੇ ਰਹਿ ਰਹੇ ਆ ਉਹ ਮਾਪੇ ਵੀ ਉੱਥੇ ਹੀ ਇਹ ਕਹਿ ਲੋ ਵੀ ਆਪਣਾ ਸਮਾਗਜ਼ਾਰ ਕੀ ਵਾਪਸ ਮੁੜ ਜਾਂਦਾ ਹੈਗਾ ਆਪਣਾ ਧਨ ਖਰਚ ਕਰਕੇ ਵਾਪਸ ਮੁੜ ਜਾਂਦਾ ਹੈਗਾ ਸੋ ਇਹ ਸਾਰਾ ਕੁਝ ਹੋ ਰਿਹਾ ਕੁਲ ਮਿਲਾ ਕੇ ਜਿਹੜਾ ਧਨ ਹੈਗਾ ਸਾਡਾ ਬਿਲਕੁਲ ਬੇਕਾਰ ਜਾ ਰਿਹਾ ਹੈਗਾ ਜਿਹੜੀ ਇੱਕ ਇੱਕ એનર્ਜੀ ਹੈਗੀ ਹੈ ਇੱਕ ਬਲ ਹੈਗਾ ਜਿਹੜਾ ਇੱਕ ਸਹੀ ਪਾਸੇ ਲੱਗਣਾ ਚਾਹੀਦਾ ਸੀ ਉਹ ਬਸ ਇਹ ਇਹਨਾਂ ਗੱਲਾਂ ਤੇ ਲੱਗ ਰਿਹਾ ਕਿ ਪਰ ਵੈਸੇ ਚਲੋ ਜਾਣਾ ਆਪਣੇ ਆਪ ਦੇ ਵਿੱਚ ਕੋਈ ਬੁਰੀ ਚੀਜ਼ ਨਹੀਂ ਹੈ ਦੁਨੀਆ ਪਰਚੋਂ ਲੋਕ ਮਾਈਗ੍ਰੇਟ ਕਰਦੇ ਨੇ ਪਰ ਪ੍ਰੋਬਲਮ ਉਦੋਂ ਆਉਂਦੀ ਜਦੋਂ ਇਹ ਭੇੜਚਾਲ ਬਣ ਜਾਂਦੀ ਹੈ ਬਿਲਕੁਲ ਜੀ ਹਰ ਕੋਈ ਉਹੀ ਕੰਮ ਕਰਨਾ ਚਾਹੁੰਦਾ ਹਰੇ ਹਰ ਕੋਈ ਉਹ ਕੰਮ ਕਰਨ ਵਾਲਾ ਤਾਂ ਦੁਨੀਆ ਦਾ ਕੋਈ ਵੀ ਕੰਮ ਫੇਲ ਹੋ ਜਾਂਦਾ ਗਲਫੇਰ ਉੱਥੇ ਆ ਜਾਂਦੀ ਹੈ ਕਿ ਸਾਡੀ ਰਾਜਨੀਤੀ ਕੁਛ ਇਸ ਤਰ੍ਹਾਂ ਦੀ ਹੈ ਉੱਥੇ ਸਾਡੇ ਲੋਕਾਂ ਨੂੰ ਇਹ ਕਹਿ ਲੋ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੀ ਵਧੀਆ ਭਵਿੱਖ ਹੀ ਨਜ਼ਰ ਨਹੀਂ ਆ ਰਿਹਾ ਤੇ ਬੱਚੇ ਨੂੰ ਵੀ ਇਹ ਲੱਗਦਾ ਹੈ ਇਹ ਵੀ ਗੱਲ ਸਹੀ ਹੈ ਤੁਹਾਡੀ ਜਦੋਂ ਜਦੋਂ ਕੰਟਰੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਹੀ ਕੌਨਫੀਡੈਂਸ ਨਾ ਪੈਦਾ ਕਰੇ ਜੀ ਜੀ ਕਿ ਉਹਥੇ ਰਹਿਣ ਵਾਲੇ ਹਰ ਸਿਟੀਜ਼ਨ ਨੂੰ ਇਹ ਲੱਗੇ ਕਿ ਮੇਰੇ ਲਈ ਸੇਫ ਅਤੇ ਬੈਸਟ ਪਲੇਸ ਹੈ ਜਿੱਥੇ ਮੈਂ ਤਰੱਕੀ ਕਰ ਸਕਦਾ ਹਾਂ ਤਾਂ ਇਹ ਉਹਦੇ ਚੋਂ ਵੀ ਇਹ ਚੀਜ਼ਾਂ ਪੈਦਾ ਹੁੰਦੀਆਂ ਹਾਂਜੀ ਚਲੋ ਬਹੁਤ ਸ਼ੁਕਰੀਆ ਜੀ ਆਪਣਾ ਪੰਗੂ ਸਾਹਿਬ ਤੁਸੀਂ ਆਪਣੇ ਐਕਸਪੀਰੀਅੰਸ ਚੋਂ ਕੁਝ ਗੱਲਾਂ ਤੇ ਨਜ਼ਰ ਮرائی ਸਾਨੂੰ ਬਹੁਤ ਸਾਰੇਾਂ ਕੁਝ ਗੱਲਾਂ ਸੀ ਇਸ ਰੂਪ ਚ ਨਹੀਂ ਦੇਖਦੇ ਇੱਥੇ ਬੈਠੇ ਜੀ ਜੀ ਜਦੋਂ ਤੁਸੀਂ ਕਿਉਂਕਿ ਨੇੜੇ ਤੋਂ ਦੇਖ ਰਹੇ ਹੋ ਹਾਂ ਹਾਂ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਤਸਵੀਰ ਬਦਲੀ ਹੈ ਪੰਜਾਬ ਜੀ ਤੇ ਇਹਦਾ ਹੁਣ ਅੱਗੇ ਅਸਰ ਕੀ ਹੋਏਗਾ ਇਹ ਤੇ ਹੁਣ ਸਾਨੂੰ ਨਹੀਂ ਪਤਾ ਠੀਕ ਹੈ ਸ਼ਾਇਦ ਤੁਸੀਂ ਵੀ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਪਰ ਹਾਲਾਤ ਇਹੋ ਜਿਹੇ ਨੇ ਜਿਹੜੇ ਇੱਕ ਸਾਈਡ ਤੋਂ ਦੇਖਿਆ ਕੋਈ ਬਹੁਤ ਚੰਗੇ ਨਹੀਂ ਲੱਗਦੇ ਹਾਂ ਚਲੋ ਮੈਂ ਤਾਂ ਇਹੋ ਚਾਹੁੰਦਾ ਪੰਜਾਬ ਦੇ ਹਰ ਬੱਚੇ ਨੂੰ ਭਰਪੂਰ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਪਰ ਜਿਹੜੀ ਇੱਕ ਵਿਦੇਸ਼ਾਂ ਵਾਲੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਭਰਪੂਰ ਜ਼ਿੰਦਗੀ ਜਿਉਣ ਦੇ ਮੌਕੇ ਮਿਲ ਜਾਣਗੇ ਇਹ ਸੰਭਵ ਨਹੀਂ ਇਹ ਪਰਮ ਬਹੁਤ ਬੁਰੀ ਤਰ੍ਹਾਂ ਟੁੱਟੇਗਾ ਔਰ ਟੁੱਟ ਵੀ ਰਿਹਾ ਹੈ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨ